ਹਮੇਸ਼ਾ ਇਹ ਗੱਲ ਕਰਦੇ ਕਿ ਕਿ ਫਲਾਣੇ ਬੰਦੇ ਨੂੰ ਭੂਤ ਚਿੰਬੜ ਗਿਆ ਪ੍ਰੇਤ ਚਿੰਬੜ ਗਿਆ ਉਹਦੇ ਵਿੱਚ ਫਲਾਣਾ ਹੋ ਗਿਆ ਹੋ ਗਿਆ ਹੈਨਾ ਇਹ ਇਹੜਾ ਗੱਲਾਂ 'ਚ ਕਿੰਨੀ ਇੱਕ ਸਚਾਈ ਹੈ ਜੀ ਸੁਗੰਧਤ ਤੇਲ ਲਾ ਕੇ ਜਾਂ ਪਰਫਿਊਮ ਲਾ ਕੇ ਬਾਹਰ ਨਾ ਜਾਓ ਹਾਰਡ ਜੇਟ ਦਾ ਬਿਨਾ ਇਹ ਜਿਹੜੀ ਕਾਲੀ ਵਿਦਿਆ ਹੈ ਕਿਵੇਂ ਸਿੱਖੀ ਜਾਂਦੀ ਮਤਲਬ ਕਿਵੇਂ ਤੁਹਾਡੇ ਉਸਤਾਦ ਨੇ ਕਿਵੇਂ ਸਿਖਾਈ ਤੁਹਾਨੂੰ ਭੂਤਾਂ ਪ੍ਰੇਤਾਂ ਦੀ ਅਤੇ ਚੰਡਾਲ ਦੀ ਪੂਜਾ ਹੋਣ ਕਰ ਭੂਤ ਨਹੀਂ ਮੁੰਡੇ ਵੀ ਹੈ ਬੰਦੇ ਵੀ ਹੈ ਅੱਛਾ ਤੇ ਭੂਤ ਨਹੀਂ ਕੁੜੀਆਂ ਵੀ ਹੈ ਤੁਹਾਡੇ ਦਿਮਾਗ ਚ ਕਿਵੇਂ ਆਇਆ ਕਿ ਮੈਂ ਇਹ ਵਿਦਿਆਈ ਹਾਸਲ ਕਰਨੀ ਕਾਲੀ ਇਲਮ ਹੀ ਹਾਜ਼ਰ ਔਰ ਮਾਪਿਆਂ ਨੇ ਤੁਹਾਨੂੰ ਕਿਵੇਂ 7 ਸਾਲ ਦੀ ਉਮਰ ਚ ਕਿਵੇਂ ਮਾਪਿਆਂ ਸਨ ਕਿਵੇਂ ਭੇਜਤਾ ਜੀ ਇਹ ਕਾਲੀ ਇਲਮ ਦੀ ਵਿਦਿਆ ਮੇਰੇ ਪਿਤਾ ਜੀ ਤੋਂ ਵੀ ਮੈਨੂੰ ਪ੍ਰਾਪਤ ਹੋਈ ਉਹ ਵੀ ਚੋਲਾ ਛੱਡ ਕੇ ਤੇ ਖੋਪੜੀਆਂ ਪਈਆਂ ਅ ਅੱਗ ਬਲੀ ਜਾਂਦੀ ਐ ਕਾਲੇ ਕੱਪੜੇ ਪਾਏ ਆ ਤੰਤਰਿਕ ਨੇ ਇਹੋ ਜਿਹਾ ਹੀ ਹੁੰਦਾ ਜੀ ਇਹ ਸਿਸਟਮ ਜਾਂ ਜਿਵੇਂ ਇਹ ਮਾਲਾ ਆਪਣੀ ਕੋਪੜੀ ਦੀ ਮਾਲਾ ਜੀ ਔਰ ਉਹ ਮੱਚੀ ਜਾਂਦੀ ਅੱਗ ਦੇ ਵਿੱਚ ਸਾਡੇ ਉਸਤਾਦ ਜੀ ਆਏ ਹੱਥ ਦਵਾ ਦਿੰਦੇ ਇਸ ਸਮਿਆਂ ਦੇ ਵਿੱਚ ਸਲੇਡਾ ਭੇਸ ਜ਼ਰੂਰ ਬਦਲਦਾ ਹੂੰ ਪਰ ਸਲੇਡਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਇੱਕ ਤਰ੍ਹਾਂ ਦੀਆਂ ਆਤਮਾਵਾਂ ਹੁੰਦੀਆਂ ਜੀ ਇਹ ਬਿਲਕੁਲ ਆਤਮਾ ਹੁੰਦੀਆਂ ਪਰੇਤਾਂ ਨੂੰ ਪੀਣ ਨੂੰ ਪਾਣੀ ਮਿਲਦਾ ਹੈ ਜਿਹੜਾ ਆਪਾਂ ਸਵੇਰ ਟਾਇਲਟ ਜਾ ਕੇ ਪਾਣੀ ਡੋਲਦੇ ਨਾ ਉਹ ਇਹਨਾਂ ਨੂੰ ਪੀਣ ਨੂੰ ਮਿਲਦਾ ਆਪਾਂ ਤਾਂ ਅਕਸਰ ਕਿੰਨੇ ਕੈਸੇ ਲੋਕ ਨੇ ਤਪੀੜਤ ਨੇ ਜਿਹੜਾ ਵੇਖੋ ਬੈਂਸ ਸਾਹਿਬ ਜਿਹੜੇ ਦੁਖੀ ਹੈ ਨਾ ਉਹਨੇ ਜਾਣਾ ਹੈ ਜੀ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਰ 19 ਔਰ ਮੈਂ ਹਾਂ ਸ਼ਰਨਜੀਤ ਬੈਂਸ ਦੁਨੀਆ ਦਾ ਪ੍ਰਸਿੱਧ ਸਾਇੰਟਿਸਟ ਸਟੀਫਨ ਹੌਂਕਿੰਗਸ ਇਹ ਕਹਿੰਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਕਿ ਇਸ ਸੰਸਾਰ ਦੇ ਵਿੱਚ ਕੋਈ ਰੱਬ ਨਹੀਂ ਕੋਈ ਦੇਵਤਾ ਨਹੀਂ ਕੋਈ ਭੂਤ ਨਹੀਂ ਕੋਈ ਪ੍ਰੇਤ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਦੁਨੀਆ ਨੂੰ ਅੱਜ ਤੋਂ 100 ਸਾਲ ਬਾਅਦ ਜਾਂ 200 ਸਾਲ ਬਾਅਦ એલિયન્સ ਜਿਹੜੇ ਨੇ ਉਹ ਰਾਜ ਕਰਨਗੇ ਇਸ ਧਰਤੀ ਦੇ ਉੱਪਰ ਇਹੀ ਗੱਲ ਜੇ ਪੰਜਾਬ ਦੀ ਕਰੀਏ ਜਾਂ ਹਿੰਦੁਸਤਾਨ ਦੀ ਕਰੀਏ ਜਾਂ ਲੋਕਲ ਖਿੱਤੇ ਦੀ ਕਰੀਏ ਤਾਂ ਤਰਕਸ਼ੀਲ ਸੋਸਾਇਟੀਆਂ ਇਸ ਗੱਲ ਨੂੰ ਦਰਉਂਦੀਆਂ ਨੇ ਕਿ ਕੋਈ ਭੂਤ ਪ੍ਰੇਤ ਨਹੀਂ ਹੁੰਦਾ ਔਰ ਇਹ ਸਿਰਫ ਮਾਨਸਿਕ ਰੋਗੀ ਹੁੰਦੇ ਨੇ ਇਹ ਗੱਲ ਕਿੰਨੀ ਕੁ ਝੂਠਾ ਹੈ ਜਾਂ ਕਿੰਨੀ ਕੁ ਸੱਚ ਹੈ ਇਸ ਗੱਲ ਸਪਸ਼ਟੀਕਰਨ ਦੇਣ ਲਈ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਇੱਕ ਤਾੰਤਰਿਕ ਵੀ ਨੇ ਇੱਕ ਪੰਡਿਤ ਵੀ ਨੇ ਅਸੀਂ ਸਵਾਗਤ ਕਰਦੇ ਹਾਂ ਸ਼ਿਵ ਸ਼ਰਮਾ ਜੀ ਦਾ ਸ਼ੁਕਰਨ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਟੂਡੀਓ ਆਏ ਧੰਨਵਾਦ ਜੀ ਜਿਵੇਂ ਕਿ ਮੈਂ ਪਹਿਲਾਂ ਇਹ ਗੱਲ ਕਹੀ ਹੈ ਕਿ ਸਟੀਵਨ ਹੌਕਿੰਗਸ ਜਿਹੜੇ ਕਿ ਦੁਨੀਆ ਦੇ ਇੱਕ ਪ੍ਰਸਿੱਧ ਸਾਇੰਟਿਸਟ ਸੀਗੇ ਅੰਗਲੈਂਡ ਰਹਿੰਦੇ ਸੀ ਔਰ ਉਹਨਾਂ ਨੇ ਕਿਹਾ ਸਪਸ਼ਟ ਕਿਹਾ ਕਿ ਇਸ ਦੁਨੀਆ ਦੇ ਉੱਪਰ ਕੋਈ ਰੱਬ ਨਹੀਂ ਕੋਈ ਦੇਵਤਾ ਨਹੀਂ ਕੋਈ ਦੇਵੀ ਦੇਵਤਾ ਨਹੀਂ ਇਸ ਗੱਲ 'ਚ ਕਿੰਨੀ ਸਚਾਈ ਹੈ ਜੀ ਦੇਖੋ ਜੀ ਆਪੋ ਆਪਣੀ ਸੋਚ ਹੈ ਪਰ ਪ੍ਰਮਾਤਮਾ ਦੀ ਹੋਂਦ ਵੀ ਹੈ ਜੇ ਪ੍ਰਮਾਤਮਾ ਹੈ ਤਾਂ ਸਭ ਕੁਝ ਹੈ ਤੇ ਜਿਹਦਾ ਵੀ ਨਾਂ ਹੈ ਚਾਹੇ ਉਹ ਭੂਤ ਹੈ ਚਾਹੇ ਉਹ ਪ੍ਰੇਤ ਹੈ ਚਾਹੇ ਉਹ ਪਸਾਚ ਹੈ ਉਹ ਸਭ ਕੁਝ ਹੈ ਹੂੰ ਤੁਸੀਂ ਆਪਾਂ ਹਮੇਸ਼ਾ ਇਹ ਗੱਲ ਕਰਦੇ ਹੋ ਕਿ ਕਿਸ ਫਲਾਣੇ ਬੰਦੇ ਨੇ ਭੂਤ 'ਚ ਮੜ ਗਿਆ ਪ੍ਰੇਤ 'ਚ ਮੜ ਗਿਆ ਉਹਦੇ 'ਚ ਫਲਾਣਾ ਹੋ ਗਿਆ ਹੋ ਗਿਆ ਇਹ ਇਹਦਾ ਗੱਲਾਂ ਚ ਕਿੰਨੀ ਸੱਚਾਈ ਹੈ ਜੀ 100% ਸੱਚਾਈ ਹੈ ਜੀ ਹੂੰ ਕਿਵੇਂ ਕਿਵੇਂ ਤੁਸੀਂ ਦੇਖਦੇ ਹੋ ਮਤਲਬ ਕਿਵੇਂ ਕਿਵੇਂ ਪਤਾ ਕਿਵੇਂ ਲੱਗਦਾ ਜਿਹੜਾ ਆਪਾਂ ਕਹਿ ਦਿੰਨੇ ਕਿਸੇ ਨੂੰ ਕੋਈ ਚੀਜ਼ ਚਿੰਬੜ ਗਈ ਹੂੰ ਬਹੁਤ ਘੱਟ ਹੁੰਦੀ ਹੈ ਚੀਜ਼ ਵੈਸੇ ਚਿੰਬੜੀ ਹੂੰ ਪਰ ਹੁੰਦੀ ਹੈ ਇਹ ਚਿੰਬੜਦੀਆਂ ਕਿਵੇਂ ਆ ਜੀ ਪਹਿਲਾਂ ਤਾਂ ਦੱਸੋ ਚਿੰਬੜਦੀਆਂ ਆਏ ਨਹੀਂ ਜੀ ਵੈਸੇ ਜਿਵੇਂ ਚਿੰਬੜ ਗਈਆਂ ਉਹ ਕੰਮ ਨਹੀਂ ਹੁੰਦਾ ਹੂੰ ਅੱਗੇ ਆਪਣੇ ਜਿਹੜੇ ਬਜ਼ੁਰਗ ਸੀ ਨਾ ਸਾਡੇ ਲੱਕੜ ਦਾਦੇ ਪੜਦਾਦੇ ਹੂੰ ਉਹ ਕਹਿ ਦਿੰਦੇ ਹੁੰਦੇ ਸੀ ਨੌਜਵਾਨ ਮੁੰਡਿਆਂ ਨੂੰ ਕਿ ਸੁਗੰਧਤ ਤੇਲ ਲਾ ਕੇ ਜਾਂ ਪਰਫਿਊਮ ਲਾ ਕੇ ਬਾਹਰ ਨਾ ਜਾਓ ਹਾੜ ਜੇਠ ਦਾ ਬਿਨਾਂ ਹੂੰ ਇਹ ਬਿਲਕੁਲ ਸਚਾਈ ਹੈ ਹੂੰ ਇਹ ਚੀਜ਼ਾਂ ਸੁਗੰਧਤ ਦੇ ਤੌਰ ਤੇ ਵੀ ਮਗਰ ਲੱਗ ਜਾਂਦੀਆਂ ਹੂੰ ਇਹਨਾਂ ਨੂੰ ਕਿਉਂ ਇਹਨਾਂ ਨੂੰ ਕੋਈ ਚੀਜ਼ ਦਾ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਹੁੰਦੀ ਹੂੰ ਜਿਹੜਾ ਕੋਈ ਮੁੰਡਾ ਕੁੜੀ ਜਾਂ ਕੋਈ ਵੈਸੇ ਕੋਈ ਬੰਦਾ ਚੰਗਾ ਲੱਗਿਆ ਇਹ ਮਗਰ ਲੱਗ ਜਾਂਦੀਆਂ ਹੂੰ ਇਹ ਮਤਲਬ ਹਵਾ 'ਚ ਘੁੰਮਦੀਆਂ ਚੀਜ਼ਾਂ ਜੀ ਇਹ ਬਿਲਕੁਲ ਹਵਾ 'ਚ ਘੁੰਮਦੀਆਂ ਹਵਾ 'ਚ ਘੁੰਮਦੀ ਰਹਿੰਦੀਆਂ ਹਾਂ ਜਿੰਨੀ ਆਪਣੀ ਜੋਨੀ ਹੈ ਆਪਣੀ ਆਬਾਦੀ ਹੈ ਇਹ ਤੋਂ 10 ਗੁਣੇ ਵੱਧ ਆਬਾਦੀ ਇਹਨਾਂ ਦੀ ਹੈ ਜੀ ਹੂੰ ਤੇ ਤੁਸੀਂ ਦੇਖ ਲੈਣੇ ਉਹਨਾਂ ਨੂੰ ਬਿਲਕੁਲ ਦੇਖਦੇ ਤੇ ਕਿਵੇਂ ਸਾਬ ਮਤਲਬ ਤੁਸੀਂ ਆਪਣੇ ਨੂੰ ਕਾਬਲ ਕਿਵੇਂ ਬਣਾਇਆ ਇਹਨਾਂ ਚੀਜ਼ਾਂ ਦੀ ਫਿਰ ਕਾਬਲ ਬਣਾਇਆ ਜੀ ਮੈਂ 7 ਸਾਲ ਦਾ ਸੀ ਜਦੋਂ ਇਸ ਲਾਈਨ ਦੇ ਵਿੱਚ ਪੈ ਗਿਆ ਸੀ ਹੂੰ ਬੰਗਾਲ ਬਿਹਾਰ ਤੋਂ ਮੇਰੀ ਵਿਦਿਆ ਸਟਾਰਟ ਹੋਈ ਤੇ ਅੱਜ ਤੱਕ ਕਰਮੈਸ ਲਾਈਨ ਦੇ ਵਿੱਚ ਹੂੰ ਤੇ ਸਫ਼ਰ ਕਿਵੇਂ ਰਿਹਾ ਮਨੋ ਜੀ 7 ਸਾਲ ਦੇ ਸੀਗੇ ਬੰਗਾਲ ਚਲੇ ਗਏ ਫਿਰ ਤੁਸੀਂ ਹਾਂ ਬੰਗਾਲ ਦੇ ਵਿੱਚ ਚਲੇ ਗਏ ਸੀ ਜੀ ਬਿਹਾਰ ਦੇ ਵਿੱਚ ਹੂੰ ਉਧਰੋਂ ਹੀ ਵਿਦਿਆ ਪ੍ਰਾਪਤ ਕੀਤੀ ਹੂੰ ਫਿਰ ਪੰਜਾਬ ਦੇ ਵਿੱਚ ਆ ਕੇ ਮੇਰੇ ਵੱਡੇ ਭਾਈ ਸਾਹਿਬ ਸੀ ਜਿਹੜੇ ਉਹ ਗਰੰਥੀ ਸਿੰਘ ਸੀ ਹੂੰ ਤੇ ਮੈਂ ਨਾਲ ਗੁਰਬਾਣੀ ਦੀ ਵੀ ਤਾਲੀਮ ਲਈ ਹੂੰ ਦੋ ਸ੍ਰੀ ਗੁਰੂ ਸਾਹਿਬ ਨੂੰ ਤੁਸੀਂ ਨਾ ਬਿਲਕੁਲ ਜੀ ਅੱਛਾ ਗੁਰਬਾਣੀ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਹੈ ਜੀ ਹੂੰ ਜਿਵੇਂ ਕਿ ਗੌੜੀ ਰਾਗ ਦੇ ਵਿੱਚ ਲਿਖਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾ ਚ ਹੂੰ ਫਿਰ ਪ੍ਰੇਤੋ ਕੀਤੋਂ ਦੇਵਤਾ ਤਨ ਕਰਨ ਹਾਰੇ ਹੂੰ ਇਹ ਗੌੜੀ ਦੀ ਵਾਰ ਦੇ ਵਿੱਚ ਆਉਂਦਾ ਹੂੰ ਫਿਰ ਗੁਰਬਾਣੀ ਦੇ ਵਿੱਚ ਇਹ ਵੀ ਜਿਗਰ ਹੈ ਵੀ ਪ੍ਰੇਤ ਬਣਦਾ ਕਿਵੇਂ ਹੂੰ ਕਹਿੰਦੇ ਅੰਤ ਵਾਰ ਜੋ ਮੰਦਰ ਸਿਮਰੈ ਐਸੀ ਚਿੰਤਾ ਮੈ ਜੇ ਮਾਰਾ ਪ੍ਰੇਤ ਜੋਨ ਹੋਏ ਵਲ ਵਲ ਉਤਰੈ ਜਿਹੜਾ ਆਪਣਾ ਸਰੀਰ ਹੈ ਇਹ ਵੀ ਇੱਕ ਮੰਦਰ ਹੈ ਹੂੰ ਪਰ ਜਿਹੜਾ ਉਹ ਗੁਰਬਾਣੀ ਦੇ ਵਿੱਚ ਜਿਗਰ ਕੀਤਾ ਗਿਆ ਉਹ ਘਰ ਨੂੰ ਕਿਹਾ ਗਿਆ ਹੂੰ ਕਿ انسان ਜਦੋਂ ਘਰ ਬਣਾਉਂਦਾ ਹੈ ਆਪਦੀ ਕੋਠੀ ਬਣਾਉਂਦਾ ਹੈ ਤਾਂ ਉਹ 100 ਹੀਟਾ ਉੱਤਾ ਕਰਕੇ ਆਪਦਾ ਇੱਕ ਆਲਣਾ ਬਣਾਉਂਦਾ ਆਪਦੀ ਇੱਕ ਆਲੀਸ਼ਾਨ ਕੋਠੀ ਬਣਾਉਂਦਾ ਹੈ ਤੇ ਜਦੋਂ ਅੰਤਮ ਸਮਾਂ ਆਉਂਦਾ ਹੈ ਤੇ ਉਹਨੂੰ ਇਹ ਲੱਗਦਾ ਹੈ ਕਿ ਅੱਜ ਮੈਂ ਇਹ ਆਪਦੀ ਜਿਹੜੀ ਰਹਿائش ਹੈ ਇਹਨੂੰ ਛੱਡ ਕੇ ਜਾ ਰਿਹਾ ਹੂੰ ਉਹਦਾ ਜਿਹੜਾ ਦਿਮਾਗ ਹੈ ਜੋ ਘਰ ਦੇ ਵਿੱਚ ਰਹਿ ਜੇ ਤਾਂ ਫਿਰ ਉਹ ਪ੍ਰੇਤ ਬਣਦਾ ਹੂੰ ਜਿਵੇਂ ਫਿਰ ਉੱਥੇ ਹੀ ਆਉਂਦੀ ਹੈ ਜਿਹੜੇ ਪੁਰਾਣੇ ਬਜ਼ੁਰਗ ਸੀ ਅੱਜ ਦੀ ਪੀੜ੍ਹੀ ਜਨਰੇਸ਼ਨ ਲੱਖ ਪੜ ਗਈ ਲਿਖ ਗਈ ਕੰਪਿਊਟਰ ਯੁੱਗ ਹੈ ਪਰ ਜਿਹੜੇ ਉਹ ਬਜ਼ੁਰਗ ਸੂ ਸਾਡੇ ਨੂੰ ਬਹੁਤ ਹੱਦ ਤੱਕ ਰਸਿਆਣੇ ਸੀ ਹੂੰ ਉਹ ਕਹਿੰਦੇ ਸੀ ਜਦੋਂ ਕਿਸੇ ਇਨਸਾਨ ਦਾ ਅੰਤਮ ਸਮਾਂ ਆਉਂਦਾ ਸੀ ਤਾਂ ਇਹਦਾ ਜਿਹੜਾ ਮੰਜਾ ਹੈ ਉਹ ਛੱਤ ਦੇ ਹੇਠੋਂ ਬਾਹਰ ਕੱਢ ਦਿਓ ਕਿ ਇਹਦੀ ਜਿਹੜੀ ਸੁਰਤੀ ਹੈ ਉਹ ਛੱਤ ਦੇ ਵਿੱਚ ਮਕਾਨ ਦੇ ਵਿੱਚ ਨਾ ਰਵੇ ਉਸ ਪਰਮੇਸ਼ਰ ਵਾਇਗਰੂ ਦੇ ਨਾਲ ਕਾਲ ਪੁਰਖਣਾ ਦੀ ਸੁਰਤੀ ਲੱਗੇ ਹੂੰ ਤੇ ਇਹਦਾ ਪਾਰਤਾਰਾ ਹੋ ਜੇ ਨਹੀਂ ਤਾਂ ਅੰਤਵਾਰ ਜੋ ਮੰਦਰ ਸਿਮਰ ਹੈ ਐਸੀ ਚਿੰਤਾ ਮੈਂ ਜੇ ਮਰਾਂ ਪ੍ਰੇਤ ਜੋਨ ਹੋਏ ਵਲਵਲ ਉੱਤਰਿਆ ਗੁਰਬਾਣੀ ਦੇ ਵਿੱਚ ਵੀ ਬਾਰ ਬਾਰ ਜ਼ਿਕਰ ਹੈ ਜੀ ਹੂੰ ਗੁਰਬਾਣੀ ਦਾ ਬਾਰ ਬਾਰ ਜ਼ਿਕਰ ਹਾਂ ਹੂੰ ਤਕਰੀਬਨ ਹਰ ਇੱਕ ਗ੍ਰੰਥ ਜੀ ਹਵਾਲਾ ਹੈ ਗੁਰਬਾਣੀ ਦੀ ਗੱਲ ਮੈਂ ਕਿਉਂ ਕੀਤੀ ਕਿ ਗੁਰਬਾਣੀ ਦੀ ਜਿਹੜੀ ਗੱਲ ਹੈ ਉਹਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਹੂੰ ਕਿਉਂਕਿ ਜੋ ਗੁਰਬਾਣੀ ਚ ਉਹ ਬਿਲਕੁਲ ਸੱਚ ਹੈ ਹੂੰ ਇਹ ਮੰਨਦੇ ਹੋ ਤੁਸੀਂ ਜੀ ਪਰ ਇਹ ਗੁਰਬਾਣੀ ਚ ਹੈ ਸਭ ਮਤਲਬ ਤੁਸੀਂ ਇਸ ਗੱਲ ਨੂੰ ਇਸ ਗੱਲ ਦੀ ਪੋੜਤਾ ਕਰਦੇ ਹੋ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਗਿਆ ਉਹ ਸੱਚ ਹੈ ਤੁਸੀਂ ਇਹ ਤਾਂ ਗੱਲ ਕਹਿ ਰਹੇ ਹੋ ਬਿਲਕੁਲ ਬਿਲਕੁਲ ਜੀ ਉਹ ਸੱਚ ਹੈ ਬਿਲਕੁਲ ਸੱਚ ਹੈ ਇਸੇ 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 ਗੱਲ ਦਾ ਹਵਾਲਾ ਦੇ ਕੇ ਤੁਸੀਂ ਇਹ ਕਹਿੰਦੇ ਹੋ ਕਿ ਗਰਵਾਣੀ ਵਿੱਚ ਭੂਤ ਪ੍ਰੇਤ ਦਾ ਜ਼ਿਕਰ ਹੋਇਆ ਤੇ ਉਹ ਵੀ ਸੱਚ ਹੈ ਸੱਚ ਹੈ ਉਹ ਵੀ ਸੱਚ ਹੈ ਬਿਲਕੁਲ ਸੱਚ ਹੈ ਜੀ ਅੱਛਾ ਸ਼ਿਵਕਰਨ ਜੀ ਤੁਸੀਂ ਆਪਾਂ ਤੰਤਰਕ ਹੋ ਤੁਸੀਂ ਇੱਕ ਕਾਲੀ ਕਾਲੀ ਇਲਮ ਤੁਸੀਂ ਜਾਣਦੇ ਹੋ ਇਹ ਜਿਹੜੀ ਕਾਲੀ ਵਿਦਿਆ ਇਹ ਕਿਵੇਂ ਕਿਵੇਂ ਸਿੱਖੀ ਜਾਂਦੀ ਹੈ ਮਤਲਬ ਕਿਵੇਂ ਤੁਹਾਡੇ ਉਸਤਾਦ ਨੇ ਕਿਵੇਂ ਸਿਖਾਈ ਤੁਹਾਨੂੰ ਇਹ ਥੋੜਾ ਜਿਹਾ ਮਤਲਬ ਇੱਕ ਕਨਸੈਪਟ ਜਿਹੜਾ ਹੈਗਾ ਮਤਲਬ ਇਹ ਤੁੰਦਲਦਾਰ ਕਨਸੈਪਟ ਹੈ ਇਹ ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਕਨਸੈਪਟ ਨੂੰ ਨਹੀਂ ਵੀ ਮੰਨਦੇ ਹੈਗੇ ਨੇ ਪਰ ਜਿਹੜੇ ਮੰਨਦੇ ਸ਼ਾਇਦ ਉਹ ਮੰਨਦੇ ਵੀ ਨੇ ਇਹ ਕਾਲੀ ਵਿਦਿਆ ਅਸੀਂ ਛੋਟੇ ਹੁੰਦੇ ਜਾਂ ਜਦੋਂ ਸੁਰਤ ਸੰਭਾਲੀ ਹੈ ਅਸੀਂ ਇਹ ਸੁਣਦੇ ਹੁੰਦੇ ਸੀ ਕਿ ਬੰਗਾਲ ਚ ਕਾਲਾ ਜਾਦੂ ਹੁੰਦਾ ਬੰਗਾਲ ਚ ਕਾਲਾ ਇਲਮ ਕਰਦੇ ਨੇ ਇਹਦੇ ਬਾਰੇ ਥੋੜਾ ਦੱਸੋ ਜੀ ਬਹੁਤ ਹੀ ਸੋਹਣਾ ਸਵਾਲ ਬੈਸਾ ਪੁੱਛਿਆ ਤੁਸੀਂ ਆਮ ਹੀ ਇਹ ਗੱਲ ਸੰਤਾਂ ਦੇ ਵਿੱਚ ਜਾਂ ਸਾਧੂਆਂ ਦੇ ਵਿੱਚ ਜਾਂ ਕਈ ਵੈਸੇ ਗੱਦੀਆਂ ਲਾਉਂਦੇ ਹਨ ਉਹ ਕਹਿ ਦਿੰਦੇ ਕਿ ਅਸੀਂ ਕਾਲੇ ਇਲਮ ਦਾ ਕੰਮ ਕਰਦੇ ਹੂੰ ਇਲਮ ਸਾਰੇ ਕਾਲੇ ਹੁੰਦੇ ਆ ਜੀ ਹੂੰ ਠੀਕ ਹੈ ਇਹਨੂੰ ਕਾਲੀ ਵਿਦਿਆ ਕਿਉਂ ਕਿਹਾ ਜਾਂਦਾ ਹੈ ਕਿ ਭੂਤਾਂ ਪ੍ਰੇਤਾਂ ਦੀ ਅਤੇ ਚੰਡਾਲ ਦੀ ਪੂਜਾ ਹੋਣ ਕਰ ਭੂਤ ਪ੍ਰੇਤ ਭੂਤ ਪ੍ਰੇਤ ਕਚੀਲ ਪਸਾਚ ਡਿੰਕਣੀ ਜੈਨ ਇਹਨਾਂ ਦੇ ਰੈਂਕ ਹੈ ਜੀ ਅੱਛਾ ਇਹ ਹੋਲਡਰਸ ਵੀ ਇਦਾਂ ਬਿਲਕੁਲ ਬਿਲਕੁਲ ਜੀ ਜਿਵੇਂ ਆਪਾਂ ਕਹਿ ਦਿੰਨੇ ਆ ਪੁਲਿਸ ਦੇ ਵਿੱਚ ਵੀ ਇਨਸਪੈਕਟਰ ਜੀ ਇਨਸਪੈਕਟਰ ਕੁੜੀਆਂ ਵੀ ਹੈ ਜੀ ਤੇ ਮੁੰਡੇ ਵੀ ਹੈ ਜੀ ਏਵੇਂ ਜਿਹੜਾ ਇਹਨਾਂ ਦੇ ਰੈਂਕ ਸ਼ੁਰੂ ਹੁੰਦੇ ਆ ਭੂਤ ਨਹੀਂ ਕਹਿ ਦਿੰਨੇ ਆਪਾਂ ਹੂੰ ਭੂਤ ਨਹੀਂ ਮੁੰਡੇ ਵੀ ਹੈ ਬੰਦੇ ਵੀ ਹੈ ਅੱਛਾ ਤੇ ਭੂਤ ਨਹੀਂ ਕੁੜੀਆਂ ਵੀ ਹੈ ਅੱਛਾ ਜਿੰਨੀ ਭਿਆੰਕਰ ਮੌਤ ਬੰਦਾ ਮਰਦਾ ਹੂੰ ਤੇ ਓਨਾ ਹੀ ਵੱਡਾ ਉਦਾਂ ਮਿਲਦਾ ਜੀ ਇਦਰ ਅੱਛਾ ਜਿਵੇਂ ਪਹਿਲਾ ਭੂਤਨੀ ਤੋਂ ਸ਼ੁਰੂ ਕਰੀਏ ਆਪਾਂ ਹੂੰ ਫਿਰ ਭੂਤ ਹੂੰ ਫਿਰ ਪ੍ਰੇਤ ਤੀਜਾ ਰਿੰਕ ਹੂੰ ਪ੍ਰੇਤ ਤੋਂ ਅੱਗੇ ਕਚੀਲ ਦਾ ਰਿੰਕ ਆ ਜਾਂਦਾ ਇੱਥੇ ਮੈਂ ਇੱਕ ਗੱਲ ਥੋੜੀ ਜੀ ਲਿਖਿਆਰਨੀ ਚਾਹੂੰਗਾ ਤੁਹਾਡੇ ਸਾਹਮਣੇ ਅਨਖਾਰਨੀ ਚਾਹੂੰਗਾ ਹੂੰ ਕਈ ਕਹਿ ਦਿੰਦੇ ਆ ਵੀ ਕੁਛ ਕੁੜੀਆਂ ਸਾਡੀਆਂ ਬੱਚੀਆਂ ਜੋ ਛਲੇ ਦੇ ਵਿੱਚ ਮਰ ਜਾਂਦੀਆਂ ਵੀ ਉਹ ਕਚੀਲ ਬਣਦੀ ਅੱਛਾ ਇਹ ਆਮ ਹੀ ਗੱਲ ਪ੍ਰਚਲਿਤ ਆ ਹੂੰ ਹੂੰ ਕਿ ਜੇ ਕਿਸੇ ਕੁੜੀ ਦੀ ਸਿਲੇ ਦੇ ਵਿੱਚ ਮੌਤ ਹੁੰਦੀ ਹੈ ਡਿਲੀਵਰੀ ਟਾਈਮ ਤਾਂ ਉਹ ਕਚੀਲ ਬਣਦੀ ਹੈ ਅੱਛਾ ਇਹ ਸੱਚ ਵੀ ਹੈ ਓਕੇ ਪਰ ਬੰਦੇ ਵੀ ਕਚੀਲ ਬਣਦੇ ਆ ਅੱਛਾ ਜੀ ਹਾਂ ਉਹੀ ਰੈਂਕ ਵਾਲੀ ਗੱਲ ਫੇਰ ਆ ਗਈ ਹੂੰ ਤੇ ਚੀਲ ਦੇ ਉੱਤੇ ਜਿਹੜਾ ਰੈਂਕ ਆ ਗਿਆ ਜੀ ਉਹ ਪਸਾਚ ਆ ਗਿਆ ਪਸਾਚ ਦੇ ਉੱਤੇ ਡੈਂਕਣੀ ਸ਼ੰਖਰੀ ਜੀ ਨੂੰ ਕਹਿੰਦੇ ਨੇ ਹੂੰ ਉਸ ਤੋਂ ਉੱਤੇ ਆ ਗਿਆ ਜਨਾਤ ਹੂੰ ਤੇ ਕਲਯੁਗ ਦੇ ਵਿੱਚ ਜਨਾਤ ਟਕਰਦਾ ਜਿਹੜਾ ਹੈਗਾ ਉਹ ਰੈਂਕ ਕਹ ਜਾਨੀ ਕਿ ਪੋਸਟ ਅੱਛਾ ਸਭ ਤੋਂ ਬੜੀ ਜਿਹੜੀ ਪੋਸਟ ਹੈ ਜਨਦੀ ਜਨਨਾਤ ਹੈ ਕਾਲੀ ਵਿਦਿਆ ਵੈਸੇ ਤਾਂ ਉੱਪਰ ਵੀ ਹੁੰਦੀਆਂ ਮਾ ਬਿਲਕੁਲ ਹੁੰਦੀਆਂ ਜੀ ਅੱਛਾ ਇਸ ਤੋਂ ਉੱਤਰ ਇਹਦੇ ਬਰਾਬਰ ਦਾ ਹੀ ਆ ਜਾਂਦਾ ਜਿਵੇਂ ਆਪਾਂ ਮੁਸਲਮਨ ਦੇ ਵਿੱਚ ਵੇਖ ਲਈਏ ਤਾਂ ਖਵੀਸ ਖਵੀਸ ਅੱਛਾ ਉਹ ਬਰਾਬਰ ਦੀ ਪਾਵਰ ਹੀ ਆ ਜਾਂਦੀ ਜਨਨਾਤ ਦੇ ਹੂੰ ਓਕੇ ਤੇ ਜਿਹੜਾ ਇਹਨਾਂ ਤੋਂ ਉੱਤੇ ਪਾਵਰ ਆਏਗੀ ਫਿਰ ਉਹ ਚੰਡਾਲ ਦੀ ਪਾਵਰ ਰਹੇਗੀ ਅੱਛਾ ਉਹਦੇ ਅੰਦਰ ਸਾਰੀ ਕਾਲੀ ਵਿਦਿਆ ਚੱਲਦੀ ਹੈ ਚੰਡਾਲ ਦੇ ਹੂੰ ਜਿਹਨੂੰ ਕਾਲਾ ਇਲਮ ਕਹਿੰਦੇ ਇਹ ਜਦੋਂ ਤੁਸੀਂ ਕਾਲਾ ਇਲਮ ਜਦੋਂ ਤੁਸੀਂ ਕਹੇ ਮੈਂ 7 ਸਾਲ ਦੀ ਉਮਰ ਚ ਬੰਗਾਲ ਚਲੇ ਗਿਆ ਫਿਰ ਬਿਹਾਰ ਬਿਹਾਰ ਤੁਸੀਂ ਆ ਗਏ ਅ ਜਦੋਂ ਤੁਸੀਂ ਬੰਗਾਲ ਗਏ ਹੋ 7 ਸਾਲ ਦੀ ਉਮਰ ਬਹੁਤ ਛੋਟੀ ਜੀ ਉਮਰ ਹੁੰਦੀ 7 ਸਾਲ ਦੀ ਉਮਰ ਬਹੁਤ ਹੈ ਨਾ ਬੱਚੇ ਨੂੰ ਸਮਝ ਵੀ ਨਹੀਂ ਹੁੰਦੀ ਉਸ ਟਾਈਮ ਬਿਲਕੁਲ ਜੀ ਤੁਹਾਡੇ ਦਿਮਾਗ ਚ ਕਿਵੇਂ ਆਇਆ ਕਿ ਮੈਂ ਇਹ ਵਿਦਿਆਹੀ ਹਾਸਲ ਕਰਨੀ ਕਾਲੀ ਇਲਮ ਹੀ ਹਾਜ਼ਰ ਔਰ ਮਾਪਿਆਂ ਨੇ ਤੁਹਾਨੂੰ ਕਿਵੇਂ 7 ਸਾਲ ਦੀ ਉਮਰ ਚ ਕਿਵੇਂ ਮਾਪਿਆਂ ਨੇ ਤੁਹਾਨੂੰ ਕਿਵੇਂ ਭੇਜਤਾ ਜੀ ਸਹੀ ਮੈਨਾਂ ਦੇ ਵਿੱਚ ਉਦੋਂ ਮੇਰੇ ਦਿਮਾਗ ਚ ਕੋਈ ਕਾਲੀ ਵਿਦਿਆ ਬਾਰੇ ਹੈ ਨਹੀਂ ਸੀ ਜਿਹੜੇ ਮੇਰੇ ਫਾਦਰ ਸਾਹਿਬ ਸੀ ਨਾ ਉਹ ਕਾਲੇ ਇਲਮ ਦੇ ਬਹੁਤ ਤਕੜੇ ਤਨੱਤਰ ਸੀ ਅੱਛਾ ਜੀ ਕੀ ਨਾਮ ਸੀ ਉਹਨਾਂ ਦਾ ਪੰਡਤ ਮੋਲਖ ਰਾਜ ਜੀ ਪੰਡਤ ਮੋਲਖ ਰਾਜ ਜੀ ਹਰਦੇਆ ਲਿਆਣਾ ਪਿੰਡ ਹੈ ਫਰੀਦਕੋਟ ਦੇ ਵਿੱਚ ਅੱਛਾ ਜੀ ਤੇ ਉਹ ਕਾਲੇ ਇਲਮ ਦੇ ਬਹੁਤ ਤਕੜੇ ਤਨੱਤਰ ਸੀ ਨਾਲ ਹੀ ਜੋਤਿਸ਼ੀ ਵੀ ਵਿਵਦੀ ਅਸੀਂ ਅੱਛਾ ਤੇ ਉਹਨਾਂ ਦੇ ਲਿੰਕ ਦੇ ਥਰੂ ਉਹਨਾਂ ਨੇ ਚਾਇਆ ਹਰ ਇੱਕ ਬਾਪ ਚਾਹੁੰਦਾ ਕਿ ਮੇਰਾ ਬੱਚਾ ਜਿਹੜਾ ਮੇਰੇ ਤੋਂ ਵੀ ਅੱਗੇ ਜਾਵੇ ਹੂੰ ਉਨ ਨੂੰ ਐਸੀ ਕਿ ਜਿਹੜੀ ਮੈਂ ਤਾਲੀਮ ਦੇਣੀ ਉਹ ਤਾਂ ਦੇ ਹੀ ਦੇਣੀ ਆ ਤੇ ਮੈਂ ਆਪਦੇ ਬੱਚੇ ਨੂੰ ਇੱਕ ਨੂੰ ਅਸੀਂ ਚਾਰ ਭਰਾ ਜੀ ਜੀ ਵੀ ਇੱਕ ਬੱਚੇ ਨੂੰ ਮੈਂ ਬੰਗਾਲ ਬਿਹਾਰ ਉਧਰ ਉਹ ਵਿਦਿਆ ਪ੍ਰਾਪਤ ਕਰਵਾਵਾ ਤੇ ਫਿਰ ਸੰਤ ਜੀ ਸੀਗੇ ਸਵਾਮੀ ਜੀ ਪੂਰਨਗਿਰ ਜੀ ਪੂਰਨਗਿਲ ਹਾਂ ਇੱਕ ਥਲੇ ਕਿ ਜੀ ਇਹ ਬੰਗਾਲ ਬਿਹਾਰ ਦੀ ਬੰਗਾਲ ਉਹਨਾਂ ਦੇ ਨਾਲ ਫਿਰ ਮੈਨੂੰ ਉਹਨਾਂ ਨੇ ਭੇਜਿਆ ਅੱਛਾ ਹਾਂ ਫਿਰ ਮੈਂ ਉਥੋਂ ਤਕਰੀਬਨ 7 ਸਾਲ ਦੀ ਉਮਰ ਦੇ ਵਿੱਚ ਗਿਆ ਸੀ ਤੇ 6 ਸਾਲ ਲਾ ਕੇ ਤਾਲੀਮ ਲੈ ਕੇ ਇਲਮ ਦੀ ਫੇਰ ਆਇਆ ਤੇ ਅੱਜ ਵੀ ਤਕਰੀਬਨ ਮੇਰਾ ਗੇੜਾ ਵੱਜਦਾ ਹੀ ਰਹਿੰਦਾ ਸਾਡੇ ਗੁਰੂ ਜੀ ਚੋਲਾ ਛੱਡ ਕੇ ਹੂੰ ਇਹ ਕਾਲ ਜਨਮ ਦੀ ਵਿੱਦਿਆ ਮੇਰੇ ਪਿਤਾ ਜੀ ਤੋਂ ਮੈਨੂੰ ਪ੍ਰਾਪਤ ਹੋਈ ਉਹ ਵੀ ਚੋਲਾ ਛੱਡ ਕੇ ਹੂੰ ਤੇ ਪਰ ਅੱਜ ਵੀ ਉਹਨਾਂ ਦੀ ਕਿਰਪਾ ਕਰਕੇ ਬੈਠੇ ਮਤਲਬ 7 ਸਾਲ ਦੀ ਤੁਸੀਂ ਉਮਰ 'ਚ ਸ਼ੁਰੂ ਕੀਤਾ ਹਾਂ 6 ਸਾਲ ਬਾਅਦ 13 ਸਾਲ ਬਾਅਦ ਤੁਸੀਂ ਮਤਲਬ ਵਿੱਦਿਆ ਜਿਹੜੀ ਸੀਗੀ ਉਮਰ ਤੁਹਾਨੂੰ ਆ ਗਈ ਸੀ ਜਿਹੜੀ ਵਿੱਦਿਆ ਹੈ ਨਾ ਜੀ ਸਹੀ ਮੈਅਨਾ 'ਚ ਬੰਦਾ ਸਾਰਾ ਉਮਰ ਹੀ ਸਿੱਖਦਾ ਰਹਿੰਦਾ ਹੂੰ ਜਦੋਂ ਬੰਦਾ ਕਹਿੰਦਾ ਮੈਂ ਸਿੱਖ ਗਿਆ ਤੇ ਇਹਦਾ ਮਤਲਬ ਉਹ ਗਿਆ ਹੂੰ ਯਗਿਆਸੂ ਹੀ ਰਵੇ ਬੰਦਾ ਤਾਂ ਚੰਗਾ ਨਹੀਂ ਇੱਕ ਇੱਕ ਤਾਂ ਹੁੰਦਾ ਮੰਤਰ ਉਚਾਰਨ ਕਰਨਾ ਆਪਾਂ ਹਵਨ ਕਰਦੇ ਆਪਾਂ ਯਗ ਕਰਦੇ ਆ ਉਹ ਤਾਂ ਪਤਾ ਆਪਾਂ ਨੂੰ ਪਈ ਆਪਾਂ ਹਵਨ ਕੁੰਡ ਬਣਾ ਲੈਨੇ ਆ ਉਹਦੇ ਚ ਅਹੂਤੀਆਂ ਪਾਉਂਦੇ ਆ ਨਾ ਜਿਹੜਾ ਸੁਆਹਾ ਆਪਾਂ ਕਹਿੰਨੇ ਆ ਜਿਹੜੀ ਕਾਲੀ ਏਲਮ ਦੀ ਅਸੀਂ ਮੈਂ ਦੇਖਿਆ ਤਾਂ ਨਹੀਂ ਹੈਗਾ ਪਰ ਉਹ ਇੱਕ ਦਿਮਾਗ ਚ ਨਾ ਕਨਸੈਪਟ ਬਣ ਜਾਂਦਾ ਦਿਮਾਗ ਚ ਇੱਕ ਜਿਹੜੀ ਫਿਲਮ ਜਿਹੀ ਬਣ ਜਾਂਦੀ ਹੈ ਕਿ ਖੋਪੜੀਆਂ ਪਈਆਂ ਅੱਗ ਬਲੀ ਜਾਂਦੀ ਹੈ ਕਾਲੇ ਕੱਪੜੇ ਪਾਏ ਆ ਤਾਤ੍ਰਿਕ ਨੇ ਇਹੋ ਜਿਹਾ ਹੀ ਹੁੰਦਾ ਜੀ ਇਹ ਸਿਸਟਮ ਤਾਂਤਰਕ ਦੀ ਮਜਬੂਰੀ ਹੋ ਜਾਂਦੀ ਹੈ ਜਿਵੇਂ ਹੁਣ ਦਿਵਾਲੀ ਨੇੜੇ ਆ ਦਿਵਾਲੀ ਆ ਰਹੀ ਹੈ ਹੂੰ ਤੇ ਸਾਨੂੰ ਵੀ ਕਾਲੇ ਕੱਪੜੇ ਪਾਉਣੇ ਪੈਂਦੇ ਆ ਅੱਛਾ ਦੀਪavali ਦੀ ਰਾਤ ਹੂੰ ਜਾਂ ਜਦੋਂ ਤਾਂਤਰਕ ਹਮਨ ਕਰਦੇ ਆ ਕਿਸੇ ਦਾ ਹੂੰ ਉਦੋਂ ਸਾਨੂੰ ਕਾਲਾ ਲਿਬਾਸ ਧਾਰਨ ਕਰਨਾ ਪੈਂਦਾ ਹੂੰ ਇਹ ਮਜਬੂਰੀ ਹੋ ਜਾਂਦੀ ਬਾਕੀ ਗੱਲ ਰਹੀ ਖੋਪੜੀਆਂ ਦੀ ਜਾਂ ਜਿਵੇਂ ਇਹ ਮਾਲਾ ਆਪਣੀ ਇਹ ਵੀ ਖੋਪੜੀ ਦੀ ਮਾਲਾ ਜੀ ਅੱਛਾ ਠੀਕ ਹੈ ਹੂੰ ਤੇ ਇਹ ਵੀ ਮਜਬੂਰੀ ਹੁੰਦੀ ਹੈ ਜਿਹੜਾ ਇੱਕ ਤਾਂਤਰਕਾਂ ਨੂੰ ਪਾਉਣੀ ਪੈਂਦੀ ਆ ਅੱਛਾ ਹਾਂ ਜਿਹੜੇ ਸਾਡੇ ਗੁਰੂ ਜੀ ਸੀ ਨਾ ਮੈਂ 7 ਸਾਲ ਦੀ ਉਮਰ ਦੇ ਵਿੱਚ ਮੱਛੀ ਜਾਂਦੇ ਸਿਮੇ ਦੇ ਵਿੱਚ ਹੱਥ ਕਰਵਾ ਲੈਂਦਾ ਸੀ ਸਾਡੇ ਇਹ ਮੱਛ ਕੇ ਮਾਸ ਆਇਆ ਵਾ ਸਾਰਾ ਅੱਛਾ ਇਹ ਵੱਲੋਂ ਤੁਹਾਡੇ ਸਿਰੀਆਂ ਦੇ ਵਿੱਚ ਹੱਥ ਜਦੋਂ ਇੱਕ ਸ਼ਮਸ਼ਾਨ ਬਲਦਾ ਜੀ ਹੂੰ ਤਕਰੀਬਨ 2 ਕਰਮ ਤੇ ਕਰ ਸ਼ਮਸ਼ਾਨ ਦਾ 6 ਵਜਦਾ ਹੂੰ ਖੜਿਆ ਨਹੀਂ ਜਾਂਦਾ ਹੂੰ ਪਰ ਉਹ ਮੱਛੀ ਜਾਂਦੀ ਅੱਗ ਦੇ ਵਿੱਚ ਸਾਡੇ ਉਸਤਾਦ ਜੀ ਆਏ ਹੱਥ ਦਵਾ ਦਿੰਦੇ ਸੀ ਸਿਮੇ ਦੇ ਵਿੱਚ ਅੱਛਾ ਹਾਂ ਉਹ ਤੁਹਾਡੀ ਉਮਰ ਬੜੀ ਛੋਟੀ ਸੀ ਜੀ ਬੱਚੇ ਸੀ ਜੀ ਉਦੋਂ ਤਾਂ ਇਹ ਲੱਗਦਾ ਸੀ ਕਿ ਕੀ ਲੈਣਾ ਸਿੱਖ ਕੇ ਹੂੰ ਉਦੋਂ ਚੰਗਾ ਨਹੀਂ ਲੱਗਦਾ ਸੀ ਹੂੰ ਪਰ ਉਹ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਸੁਰਤ ਸੰਭਲਦੀ ਗਈ ਹੂੰ ਪਤਾ ਲੱਗਦਾ ਗਿਆ ਹੂੰ ਤੇ ਹੁਣ ਵਧੀਆ ਲੱਗਦਾ ਅੱਛਾ ਮੈਂ ਤੁਸੀ ਫਿਰ 13 ਸਾਲ ਦੀ ਉਮਰ 'ਚ ਮੋੜ ਪੰਜਾਬ ਆ ਗਏ ਫਿਰ ਤੁਸੀਂ ਮੈਂ 11 ਪੰਜਾਬ ਆ ਗਿਆ ਸੀ 13 ਸਾਲ ਦੀ ਉਮਰ 'ਚ ਹੂੰ 13 13.5 ਸਾਲ 'ਚ ਮੈਂ ਪੰਜਾਬ ਆ ਗਿਆ ਸੀ ਹੂੰ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਰਿਹਾ ਫਿਰ ਫਿਰ ਬਿਹਾਰ ਦੇ ਵਿੱਚ ਜਾ ਵੜਿਆ ਸਾਡੇ ਉਸਤਾਦ ਜੀ ਵੀ ਬਿਹਾਰ ਦੇ ਵਿੱਚ ਆ ਗਏ ਸੀ ਹੂੰ ਤੇ ਉਦੋਂ ਬਾਅਦ ਫਿਰ ਆਉਣਾ ਜਾਣਾ ਲੱਗਾ ਹੀ ਰਿਹਾ तकरीबन ਇੱਕ ਆਪਾਂ ਹੁਣੇ ਜਦੋਂ ਚਾਹ ਪੀਂਦੇ ਸੀ ਆਪਾਂ ਇੱਕ ਤੁਸੀਂ ਬਿਹਾਰ ਦੇ ਆਪਣੇ ਉਸਤਾਦ ਜੀ ਦੀ ਗੱਲ ਕੋਈ ਸਾਡੇ ਨਾਲ ਸ਼ੇਅਰ ਕਰ ਰਹੇ ਸੀ ਉਹ ਕੀ ਗੱਲ ਸੀ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਕਿ ਉਸਤਾਦ ਜੀ ਨੇ ਤੁਹਾਨੂੰ ਕੁਝ ਕੰਮ ਕਿਹਾ ਔਰ ਤੁਸੀਂ ਉਹ ਪੂਰਾ ਕੀਤਾ ਫਿਰ ਉਸਤਾਦ ਜੀ ਨੇ ਸ਼ਾਬਾਸ਼ੀ ਦਿੱਤੀ ਪੇਸ਼ ਬਿਲਕੁਲ ਉਹ ਗੱਲ ਸੀ ਕਿ ਜੀ ਮੈਂ ਸੀ ਇੱਕ ਬਿਹਾਰ ਤੋਂ ਵੈਸੇ ਤਾਂ 8-10 ਮੁੰਡੇ ਸੀ ਅਸੀਂ ਹੂੰ ਤੇ ਪੰਡਤ ਸਤ ਨਾਰਾਇਣ ਜੀ ਮੇਰੇ ਗੁਰ ਭਾਈ ਅਸੀਂ ਇਕੱਠੇ ਵਿਦਿਆ ਦੀ ਤੱਲੀਮ ਲਈ ਹੂੰ ਤੇ ਅਸੀਂ ਤਕਰੀਬਨ ਹੀ ਗੁਰੂ ਜੀ ਨੇ ਲੱਤਾਂ ਨੱਪਦੇ ਹੁੰਦੇ ਸੀਗੇ ਅੱਛਾ ਤੇ ਇੱਕ ਦਿਨ ਅਜਿਹਾ ਆਇਆ ਕਿ ਸਤਨਾਰਾਇਣੋ ਜਿਹੜਾ ਮੇਰਾ ਗੁਰ ਭਾਈ ਸੀ ਉਹਨੂੰ ਨੀਂਦ ਆਉਣ ਲੱਗ ਗਈ ਅੱਛਾ ਤੇ ਨੀਂਦ ਤਾਂ ਮੈਨੂੰ ਵੀ ਆਉਂਦੀ ਸੀ ਬਚਪਨ ਸੀ ਹੂੰ ਉਹਨੇ ਮੈਨੂੰ ਦੋ ਤਿੰਨ ਵਾਰ ਇਸ਼ਾਰੇ ਕੀਤੇ ਕਿ ਮੈਂ ਪੈ ਜੀ ਹੁਣ ਹੂੰ ਪਰ ਸਾਨੂੰ ਹੁਕਮ ਨਹੀਂ ਹੋਇਆ ਸੀ ਪੈਣ ਦਾ ਗੁਰੂ ਜੀ ਇਹਨੂੰ ਹੂੰ ਦੋ ਤਿੰਨ ਵਾਰੀ ਮੈਨੂੰ ਇਸ਼ਾਰੇ ਕੀਤੇ ਉਹਨੇ ਵੀ ਪਈਏ ਤੇ ਮੈਂ ਨਹੀਂ ਉੱਠਿਆ ਪਰ ਉਹਦਾ ਮੈਚ ਚੱਲਿਆ ਹੂੰ ਤਕਰੀਬਨ ਡੇਢ ਕੱਜ ਗਿਆ ਰਾਤ ਦਾ ਸਿਆਲ ਦੀ ਰਾਤ ਸੀਗੀ ਤੇ ਗੁਰੂ ਜੀ ਮੈਨੂੰ ਆਦੇ ਉਹ ਭਾਈ ਤੈਨੂੰ ਨੀਂਦ ਨਹੀਂ ਆਉਂਦੀ ਹੂੰ ਮੈਂ ਕਿਹਾ ਜੀ ਆਉਂਦੀ ਹੂੰ ਹਾਂ ਦੇ ਸਤ ਨਾਰਾਇਣ ਕਿੱਥੇ ਹੂੰ ਮੈਂ ਕਿਹਾ ਜੀ ਸਤ ਨਾਰਾਇਣ ਹੁਣੇ ਹੀ ਗਿਆ ਵੀ ਉਹ ਨੂੰ ਨੀਂਦ ਆਉਂਦੀ ਸੀ ਆਂਦੇ ਤੈਨੂੰ ਨਹੀਂ ਆਉਂਦੀ ਸੀ ਮੈਂ ਕਿਹਾ ਮੈਨੂੰ ਵੀ ਆਉਂਦੀ ਸੀ ਹੂੰ ਤੂੰ ਨਹੀਂ ਗਿਆ ਮੈਂ ਕਿਹਾ ਤੁਸੀਂ ਕਿਹਾ ਨਹੀਂ ਹੂੰ ਇਹਨਾਂ ਚੰਗਾ ਨਾ ਪਲਤੋ ਅੱਛਾ ਫਿਰ ਲੱਤਾਂ ਨੱਪ ਲਾਗੇ ਜੀ ਪਰ ਝੂਟੇ ਵੱਜਦੇ ਸੀ ਲੱਤ ਨੱਪੀ ਜਾਂਦਾ ਜਾਂਦਾ ਨੂੰ ਵਿੱਚ ਐ ਝੂਟਾ ਵੱਜ ਜਾਂਦਾ ਸੀ ਹੂੰ ਨੱਪਈ ਫਿਰ ਮੈਨੂੰ ਠਾ ਲਿਆ ਤੇ ਇਹਨੇ ਚਲੋ ਕਮੰਡਨ ਲੋ ਜਲਦਾ ਹੂੰ ਜਲਦਾ ਕਮੈਂਡਰ ਲਿਆ ਤੇ ਬਾਹਰ ਚਲੇ ਗਏ ਅਸੀਂ तकरीबन ਕਿਲੋਕੀਮੀਟਰ ਤੁਸੀਂ ਤਾਡੇ ਗੁਰੂ ਜੀ ਗੁਰੂ ਜੀ ਤੇ ਮੈਂ ਹੂੰ ਤੇ ਕਹਿੰਦੇ ਬੈਠ ਜਾ ਓਏ ਮੈਂ ਬਹਿ ਗਿਆ ਤੇ ਖੂਂਡੇ ਦੇ ਨਾਲ ਘੇਰਾ ਮਾਰਦਾ ਹੈ ਅੱਛਾ ਕਮੈਂਡਲ ਦੇ ਵਿੱਚੋਂ ਚੂਲਾ ਭਰ ਕਹਿੰਦੇ ਪੀ ਲਾ ਹੂੰ ਮੈਂ ਪੀ ਲਿਆ ਹੂੰ ਥਾਪੀ ਦੇ ਕੇ ਕਹਿੰਦੇ ਚੱਲ ਉੱਠ ਚੱਲ ਗਿਆ ਹੂੰ ਉਤਰ पे ਹੂੰ ਮੈਨੂੰ ਕਹਿੰਦੇ ਤੂੰ ਕੇਵ ਜੀ ਮਿੱਟੀ ਦਾ ਬਣਿਆ ਵਾ ਹੂੰ ਤੂੰ ਪੁੱਛਿਆ ਹੀ ਨਹੀਂ ਆਪਾਂ ਕਿਵੇਂ ਆਏ ਸੀ ਕਿਉਂ ਮੈਂ ਕਿਹਾ ਜੀ ਜੋ ਤੁਸੀਂ ਕਰਦੇ ਹੋ ਸਹੀ ਕਰਦੇ ਹੂੰ ਤੇ ਮੈਨੂੰ ਬੁੱਕਲ ਚ ਲੈ ਲਿਆ ਹੂੰ ਕਹਿੰਦੇ ਅੱਜ ਤੁਹਾਨੂੰ ਆਪਣੀ ਗੱਦੀ ਦੀ ਉਹ ਚੀਜ਼ ਦਿੱਤੀ ਹੈ ਜਿਹੜੀ ਪ੍ਰਾਤਨ ਸਾਡੇ ਗੁਰੂਆਂ ਦੀ ਤਰੀ ਆਉਂਦੀ ਹੈ ਹੂੰ ਉਹ ਝੂਲਾ ਛਕਾਇਆ ਅੱਛਾ ਪਾਵਰ ਦਿੱਤੀ ਹੈ ਤੁਹਾਨੂੰ ਪਾਵਰ ਦਿੱਤੀ ਉਹਨਾਂ ਨੇ ਪਾਵਰ ਦਿੱਤੀ ਹੂੰ ਤੇ ਵੈਸੇ ਥੋੜੀ ਜਿਹੀ ਹਾਸੋ ਹੀਣ ਗੱਲ ਵੀ ਹੈ ਤੇ ਉਹ ਜਦੋਂ ਬੱਚੇ ਨੂੰ ਥੋੜੀ ਜਿਹੀ ਪਾਵਰ ਮਿਲ ਜੇ ਨਾ ਤੇ ਬੱਚੇ ਨੂੰ ਥੋੜੀ ਜਿਹੀ ਵੜਿਆਈ ਹੋ ਜਾਂਦੀ ਹੈ ਹੂੰ ਤੇ ਮੈਂ ਫੁੱਲ ਗਿਆ ਹੂੰ ਤੇ ਉਹਨਾਂ ਨੂੰ ਪਤਾ ਲੱਗਾ ਜਦੋਂ ਅਸੀਂ ਕੁਟਿਆ ਚ ਆ ਗਏ ਮੈਨੂੰ ਕਹਿੰਦੇ ਤੂੰ ਪੈਂਦਾ ਨਹੀਂ ਹੂੰ ਮੈਂ ਕਹਾਂ ਜੀ ਬਸ ਪੈਂਦਾ ਹਾਂ ਹੂੰ ਆਦੁਰਿਆ ਹੂੰ ਮੈਨੂੰ ਆਦੇ ਵੀ ਤੇਰੇ ਹੱਜ ਬਣੀ ਹੁੰਦੀ ਗੱਲ ਹੂੰ ਮੈਂ ਕਹਾਂ ਜੀ ਵੀ ਨਹੀਂ ਐਬ ਜੀ ਤਾਂ ਨਹੀਂ ਗੱਲ ਹੂੰ ਆਂਦੇ ਜੇ ਤੂੰ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਨਾ ਤਾਂ ਤੈਨੂੰ ਕੁੱਟਣਗੇ ਫੜ ਕੇ ਹੂੰ ਵੀ ਇਹ ਪੰਜਾਬ ਚੋਂ ਆਇਆ ਕੱਲ ਆਇਆ ਇਹਨੂੰ ਵਿਦਿਆ ਦੇ ਦਿੱਤੀ ਅਸੀਂ ਅਜੇ ਰਹਿੰਨੇ ਹੂੰ ਆਂਦੇ ਅਸੀਂ ਆਪੇ ਦੱਸਾਂਗੇ ਹੂੰ ਫਿਰ ਦਿਨ ਚੜਿਆ ਜਦੋਂ ਦਿਨ ਚੜਿਆ ਤਾਂ ਫਿਰ ਗੁਰੂ ਜੀ ਨੇ ਸਾਰੇ ਜਿੰਨੇ ਸ਼ਾਗਿਰਦ ਸੀ ਮੁੰਡਿਆਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਫਿਰ ਕਹਿੰਦੇ ਵੀ ਇਹ ਮੁੰਡਾ ਪੰਜਾਬ ਤੋਂ ਆਪਣੇ ਕੋਲ ਆਇਆ ਸੀ ਆਸ ਕਰਕੇ ਹੂੰ ਬਾਬਾ ਜੀ ਨੇ ਭੇਜਿਆ ਸੀ ਹੂੰ ਤੇ ਇਹ ਨੂੰ ਥੋੜੀ ਜਿਹੀ ਵਿੱਦਿਆ ਦਿੱਤੀ ਹੈ ਹੂੰ ਤੇ ਹੁਣ ਹੌਸਲਾ ਰੱਖੋ ਤੁਹਾਡਾ ਵੀ ਨੰਬਰ ਲੱਗੂਗਾ ਵਾਰੀ ਸਰਸਾਰਿਆਂ ਦਾ ਹੂੰ ਉਹ ਸਾਰੇ ਖੁਸ਼ ਹੋਗੇ ਅੱਛਾ ਪਰ ਉਦੋਂ ਆਏ ਲੱਗਦਾ ਸੀ ਵੀ ਇਹ ਇੱਕ ਚੌੜੀ ਹੈ ਹੂੰ ਇਨੀ ਸੁਰਤ ਨਹੀਂ ਸੀ ਹੂੰ ਪਰ ਹੁਣ ਪਤਾ ਲੱਗਦਾ ਹੂੰ ਉਹ ਵਿੱਦ ਸਾਡੇ ਹੁਣ ਕੰਮ ਆ ਰਹੀ ਬਿਲਕੁਲ ਆ ਰਹੀ ਹੈ ਜੀ ਹਰ ਪੈਰ ਤੇ ਆ ਰਹੀ ਹੈ ਹੂੰ ਇਹ ਜਿਹੜੇ ਸੁਣੀਦਾ ਸੀ ਕਿ ਮੱਚ ਦੇ ਸੇਵੇ ਚੋਂ ਜਿਹੜੇ ਤਾਤ੍ਰਿਕ ਹੁੰਦੇ ਨੇ ਹੱਡੀ ਕੱਢ ਲੈਂਦੇ ਨੇ ਹਾਂਜੀ ਇਹਦੇ ਚ ਕੀ ਸੱਚਾਈ ਹੈ ਜੀ ਸਚਾਈ ਆਏ ਅਜੀ ਜਿਹੜਾ ਤਾੰਤਰਕ ਹੈ ਉਹ ਨੂੰ ਹੱਡੀ ਦੀ ਦੀ ਲੋੜ ਪੈਂਦੀ ਆਮ ਹੱਡੀ ਲਕੋ ਦਿੰਦੇ ਆ ਚੱਕ ਕੇ ਹੂੰ ਸ਼ਿਸ਼ਕਾਰ ਦੇ ਟਾਈਮ ਹੂੰ ਜਦੋਂ ਸੰਸਕਾਰ ਹੁੰਦਾ ਹੱਡੀ ਲਕੋ ਦਿੰਦੇ ਆ ਕਿ ਕੋਈ ਤਾੰਤਰਕ ਸੇਵਾ ਨਾਲ ਦੀ ਗੱਲ ਹੈ ਹੂੰ ਜਿਹੜਾ ਤਾੰਤਰਕ ਹੈ ਨਾ ਹੂੰ ਸਿਮਾ ਜਗਾਉਣ ਦੀ ਸ਼ਮਤਾ ਰੱਖਦਾ ਹੈ ਅੱਛਾ ਉਹ ਤੁਹਾਡੀ ਹੱਡੀ ਵੀ ਲੱਗ ਲੂਗਾ ਵੀ ਕਿੱਥੇ ਲਕੋਈਏ ਇੰਨੀ ਪਾਵਰ ਹੁੰਦੀ ਓਹਦੇ ਕੋਲੇ ਇੰਨੀ ਪਾਵਰ ਹੁੰਦੀ ਆ ਤਾੰਦਰੇ ਕੋਲੇ ਹਾਂ ਅੱਛਾ ਪਰ ਜਿਹੜਾ ਸਹੀ ਗੁਰੂ ਦਾ ਛੰਡਿਆ ਵਿਆ ਤੇ ਆਪਦੇ ਸਹੀ ਪਿਓ ਦਾ ਪੁੱਤ ਹੂੰ ਉਹ ਛੇਤੀ ਕੀਤੇ ਗਲਤ ਕੰਮ ਨਹੀਂ ਕਰਦਾ ਅੱਛਾ ਇਹ ਹੱਡੀਕੜਨਾ ਗਲਤ ਕੰਮ ਹੁੰਦਾ ਜੀ ਨਹੀਂ ਇਹ ਗਲਤ ਹੀ ਗਿਣਿਆ ਜਾਂਦਾ ਜੀ ਅੱਛਾ ਜਦੋਂ ਆਪਾਂ ਕਿਸੇ ਨੂੰ ਇਨਸਾਨ ਨੂੰ ساری ਉਮਰ ਆਸਤੇ ਉਹਦਾ ਵਸੀਕਰਨ ਹੋ ਜਾਂਦਾ ਹੂੰ ਠੀਕ ਹੈ ਹੂੰ ਤੇ ਕਰਨਾ ਵੀ ਹੁੰਦਾ ਹੂੰ ਪਰ ਇਹ ਵੀ ਨਹੀਂ ਵੀ ਹਰ ਇੱਕ ਦਾ ਹੀ ਵਸੀਕਰਨ ਕਰੀ ਚੱਲੋ ਹੂੰ ਸਬਰ ਸੰਤੋਖ ਵੀ ਕੋਈ ਚੀਜ਼ ਹੁੰਦੀ ਹੈ ਹੂੰ ਮਤਲਬ ਵਸੀਕਰਨ ਹਰ ਇੱਕ ਦਾ ਹੋ ਵੀ ਸਕਦਾ ਹੈ ਪਰ ਕਰਨਾ ਨਹੀਂ ਚਾਹੀਦਾ ਨਹੀਂ ਚਾਹੀਦਾ ਹੂੰ ਜਿਹੜਾ ਅ ਸਹੀ ਕੋਈ ਤਾਤਰਕ ਹੈ ਨਾ ਜੋ ਕਿਸੇ ਦਾ ਵਸੀ ਕਰਨ ਵੀ ਕਰਦਾ ਹੈ ਹਮ ਇੱਕ ਤਾਂ ਕਰੂਗਾ ਯੰਗ ਉਮਰ ਦੀ ਦਾ ਅੱਛਾ ਇੱਕ ਜੇ ਕੋਈ ਸੇ ਮੁੰਡੇ ਦੀ ਨੌਜਵਾਨ ਦੀ ਰੱਬ ਨਾ ਹੀ ਕਿਸੇ ਦੇ ਐਵੇਂ ਜਿਹਾ ਦਿਨ ਲਿਆਵੇ ਜੇ ਆਉਂਦਾ ਹੈ ਤਾਂ ਜਿਹੜਾ ਕੋਈ ਗਲਤ ਕੰਮ ਵਾਲਾ ਕੋਈ ਸ਼ਰਾਰਤੀ ਧੜੇ ਵਾਲਾ ਜਿੰਨਾ ਤੇ ਇਤਰਾਰ ਬੰਦਾ ਹੈ ਉਹ ਜ਼ਿਆਦਾ ਇਹ ਕੰਮ ਕਰਦੇ ਉਮਲ ਵਸੀ ਕਰਨ ਕਰਦੇ ਫਿਰ ਤਾਂ ਕੰਮ ਜ਼ਿਆਦਾ ਦਿੰਦੇ ਆ ਉਹ ਕੰਮ ਜਿਆਦਾ ਵਸੀ ਕਰਨ ਜਿਆਦਾ ਹੁੰਦਾ ਜਿਹੜਾ ਸ਼ਤਾਨ ਬੰਦਾ ਹਾਂ ਕੰਮ ਦਾ ਮਤਲਬ ਕੀ ਭਾਵ ਮੈਂ ਸਮਝਿਆ ਨਹੀਂ ਕੰਮ ਕਿਵੇਂ ਜਿਆਦਾ ਹੁੰਦਾ ਜਿਹੜੇ ਤਾੰਤਰ ਕਹਿੰਦਾ ਜੀ ਉਹ ਜਿਹੜਾ ਕੰਮ ਕਰਦੇ ਆ ਜਾਂ ਕਰਾਉਂਦੇ ਆ ਉਹ ਇਹਨਾਂ ਦੇ ਥਰੂ ਹੀ ਹੁੰਦਾ ਅੱਛਾ ਇਹ ਲੋ ਇਹ ਜਿਹੜੇ ਜੇ ਸ਼ਤਾਨ ਲੋਕ ਪ੍ਰੇਤ ਵਿਦਿਆ ਦੇ ਥਰੂ ਹੀ ਕੰਮ ਜਿਆਦਾ ਹੁੰਦਾ ਹੁੰਦਾ ਇਹ ਜਿਹੜੇ 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 ਬਣਦੇ ਆ ਭੂਤ ਪ੍ਰੇਤ ਜਿਹੜਾ ਤੁਸੀਂ ਜਿੰਨ ਦੀ ਗੱਲ ਕੀਤੀ ਹੈ ਇਹ ਕੋਈ ਖਾਸ ਕੈਟਾਗਰੀ ਹੁੰਦੀ ਬੰਦਾ ਮੈਂ ਫਿਰ ਉਹੀ ਗੱਲ ਮੈਂ ਕਹਿੰਦਾ ਵੀ ਜਦੋਂ ਆਪਾਂ ਸੁਣਦੇ ਆ ਇਹ ਫਲਾਨੀ ਜਿਹਾ ਐਕਸੀਡੈਂਟ ਹੋ ਗਿਆ ਅਣਇਾਈ ਮੌਤ ਮਰ ਗਿਆ ਫਲਾਣਾ ਮਰ ਗਿਆ ਇਦਾਂ ਮਰ ਗਿਆ ਇਹ ਸਿਰਫ ਉਹੀ ਬਣਦੇ ਆ ਜਾਂ ਜਿਹੜਾ ਬੰਦਾ ਪੂਰੀ ਉਮਰ ਭੋਕੇ ਮਰਦਾ ਉਹ ਵੀ ਹੋ ਸਕਦਾ ਜੀ ਨਹੀਂ ਉਮਰ ਭੋਕੇ ਬਹੁਤ ਘੱਟ ਰੀਅਲ ਚਾਂਸ ਹੁੰਦਾ ਪਰ ਜਿਹੜੇ ਅਕਾਲ ਮਿਰਤੂ ਮਰਦੇ ਜਿਵੇਂ ਅਣਇਾਈ ਮੌਤ ਤੁਸੀਂ ਕਿਹਾ ਹੂੰ ਇਹ ਜ਼ਿਆਦਾ ਹੁੰਦਾ ਤੇ ਤੁਹਾਨੂੰ ਕਿਵੇਂ ਪਤਾ ਲੱਗੇ ਜੀ ਫਲਾਣ ਨੇ ਫਾਂਜੀ ਅਣਇਾਈ ਮੌਤ ਹੋ ਗਈ ਹੈ ਔਰ ਇਹ ਬੰਦਾ ਮੇਰੇ ਕੰਮ ਆਇਆ ਮੈਨੂੰ ਫੜਨਾ ਹੈ ਨਹੀਂ ਹੁਣ ਤਾਂ ਇੰਨਾ ਫੜੇ ਹੀ ਨਹੀਂ ਜਾਂਦਾ ਕਿੰਨੇ ਕੁ ਕੋਈ ਇੱਕ ਤਾੰਤਰ ਕਿੰਨਾ ਕ ਫੜ ਲੂਗਾ ਜੀ ਕੀ ਕਰ ਲੂਗਾ ਇਹਨੂੰ ਹੂੰ ਇਹਨੂੰ ਇੱਕ ਜਦੋਂ ਬੰਦਾ ਵਸੀਕਰਨ ਕਰਦਾ ਨਾ ਹੂੰ ਤੇ ਸਮਝ ਲਓ ਵੀ ਉਹਦੇ ਨਾਲ 10 ਜੀਆਂ ਦਾ ਖਾਣਾ ਪਾਣਾ ਚੱਲ ਪੈਂਦਾ ਅੱਛਾ ਹਾਂ ਇਹਨਾਂ ਨੂੰ ਸੰਭਾਲਣਾ ਵੀ ਹੁੰਦਾ ਹੂੰ ਇਹਨਾਂ ਨੂੰ ਖਾਦ ਕਰਾ ਕੇ ਵੀ ਦੇਣੀ ਪੈਂਦੀ ਆ ਅੱਛਾ ਇਹ ਅਮਲੀ ਸਰਹਾਣੇ ਮੰਨਣ ਹੁੰਦਾ ਜੀ ਅੱਛਾ ਜਿਹੜਾ ਤਾਤਰਕ ਹੈ ਨਾ ਮੈਂ ਤਾਤਰਕ ਦੀ ਗੱਲ ਕਰਦਾ ਹੂੰ ਨਾ ਕਿ ਕਿਉਂਕਿ ਸਾਡੇ ਸਾਧੂਆਂ ਦੀਆਂ ਬਹੁਤ ਬੁੰਝਾਂ ਹੂੰ ਤਾਤਰਕ ਦੀ ਗੱਲ ਕਰਦਾਂ ਜਿਹੜਾ ਤਾਤਰਕ ਹੈ ਨਾ ਜੇ ਉਹਨੇ ਪ੍ਰੇਤ ਵਸੀਕਰਨ ਕੀਤਾ ਹੈ ਜਾਂ ਸਿਮਾ ਠਾਇਆ ਹੂੰ ਆਪਦੀ ਜ਼ਿੰਦਗੀ ਦੀ ਇੱਕ ਵੀ ਰਾਤ ਹੂੰ ਉਹ ਸੌਂ ਕੇ ਨਹੀਂ ਪੂਰੀ ਨਗਾ ਸਕਦਾ ਅੱਛਾ ਤੇ ਜਿਹੜਾ 10 ਵਜੇ ਪੈ ਗਿਆ 3 ਵਜੇ ਤੱਕੜੜ ਕੇ ਪੈ ਗਿਆ ਹੂੰ ਉਹ ਤਾੰਤਰਿਕ ਨਹੀਂ ਅੱਛਾ ਉਹ ਨਹੀਂ ਦਾ ਇਹਨਾਂ ਨੂੰ ਤੁਸੀਂ ਸੌਂਦੇ ਨਹੀਂ ਰਾਤ ਨੂੰ ਫਿਰ ਤੁਸੀਂ ਨਹੀਂ ਮੇਰੇ ਸਾਰੇ ਕੀ ਜੋ ਵੀ ਤਾੰਤਰਿਕ ਉਹ ਸੌਂ ਨਹੀਂ ਪਾਊਗਾ ਰਾਤ ਨੂੰ ਹੂੰ ਤੜਕੇ ਸੌਂਗਾ 2:30 3:00 3:30 ਵਜੇ ਉਸ ਤੋਂ ਬਾਅਦ ਉੱਠੇ ਉਹ ਆਪਦੀ ਲਾਇ ਉਹਦੀ ਲਾਈਫ ਹੈ ਇਹਦਾ ਕੀ ਮਤਲਬ ਹੈ ਕੀ ਕਰਨਾ ਜੀ ਇਹਦਾ ਮਤਲਬ 10 ਤੋਂ 3 ਸੌ ਨਹੀਂ ਸਕਦਾ ਵੇਖੋ ਜੀ ਕਾਲੀ ਵਿੱਦਿਆ ਫੇਰ ਉੱਥੇ ਆ ਗਿਆ ਇਹਨਾਂ ਦੀ ਰਾਤ ਦੀ ਵਿੱਦਿਆ ਜਾਦੇ ਜਿਹੜੀ ਪ੍ਰੇਤ ਵਿੱਦਿਆ ਨਾ ਹੂੰ ਇਹਨਾਂ ਦੀ ਰਾਤ ਹੁੰਦੀ ਆ ਹੂੰ ਤੇ ਜਿਹਨੂੰ ਤੁਸੀਂ ਵਸੀਕਰਨ ਕੀਤਾ ਹੋਊਗਾ ਉਹਨੇ ਤੁਹਾਨੂੰ ਸੌਣ ਨਹੀਂ ਦੇਣਾ ਰਾਤ ਨੂੰ ਅੱਛਾ ਉਹ ਕੀ ਕਰ ਦੇਣੀ ਥਾ ਲੈਣਾ ਆ ਕੇ ਹਟ ਕਰ ਗੱਲਾਂ ਕਰ ਮੇਰੇ ਨਾਲ ਅੱਛਾ ਭਲਾ ਨੇ ਥਾ ਹੋ ਹੀ ਜਾਂਦਾ ਉਹ ਆ ਹੋ ਹੀ ਜਾਂਦਾ ਹੂੰ ਅੱਛਾ ਉਹ ਰਿਪੋਰਟ ਦਿੰਦੇ ਰਿਪੋਰਟ ਦਿੰਦੇ ਅੱਛਾ ਜੇ ਕਈ ਵਾਰੀ ਤੁਹਾਨੂੰ ਨੀਂਦ ਚੜੀ ਹੋਤੋ ਹੀ ਕਹਿੰਦੇ ਯਾਰ ਮੈਂ ਕੀ ਲੈਣਾ ਹੂੰ ਤੁਹਾਨੂੰ ਕਹਿੰਦੇ ਮੈਂ ਕੀ ਕਰਾਂ ਹੂੰ ਮੈਨੂੰ ਦੱਸਣਾ ਹੀ ਹੈ ਹੂੰ ਜੇ ਤੁਸੀਂ ਕੰਮ ਤੇ ਬੰਦਾ ਲਾਇਆ ਹੋ ਉਹ ਰਿਪੋਰਟ ਤਾਂ ਤੁਹਾਨੂੰ ਦੇਊਗਾ ਕਿ ਨਾ ਹੂੰ ਇਹ ਬੈਸਾਵਾ ਕੰਮ ਤੇ ਘੱਲੈ ਹੀ ਮੈਂ ਕਰਿਆ ਹੂੰ ਇਹ ਵੀ ਅੱਛਾ ਬੋਲੋ ਤੁਹਾਨੂੰ ਆ ਕੇ ਦੱਸਦੇ ਰਹਿੰਦੇ ਫਿਰੋ ਕੋਈ ਵੀ ਤਾੰਤਰਕ ਹੈ ਜੀ ਉਹਨੂੰ ਦੱਸੋ ਗਈ ਚੀਜ਼ ਆ ਕੇ ਹੂੰ ਇਹ ਤੁਹਾਨੂੰ ਮਤਲਬ ਮਤਲਬ ਇਸ ਦੁਨੀਆ ਦੇ ਵਿੱਚ ਇਸ ਚਿੱਟੇ ਦੁੱਧ ਪਾਰ ਕੇ ਚਾਨਣ ਦੇ ਵਿੱਚ ਤੁਹਾਨੂੰ ਦਿਖਦੇ ਨੇ ਲੋਕ ਇਹ ਬਿਲਕੁਲ ਨਹੀਂ ਹੈ ਜੀ ਨਾਲ ਹੀ ਕਿਹੜੀ ਗੱਲ ਹੈ ਅੱਛਾ ਕੋਈ 99 99 ਨਹੀਂ 100 ਦਾ 100 ਹੀ ਹੈ ਹੂੰ ਹੂੰ ਦੇਖੀ ਜਾਂਦੇ ਤੁਹਾਨੂੰ ਬਿਲਕੁਲ ਦੀ ਦੇ ਫਿਰ ਤੁਸੀਂ ਸਾਡੇ ਮੇਰੇ ਸਾਰੇ ਨਹੀਂ ਜੋ ਵੀ ਤਾੰਤਰ ਕਹਿੰਦਾ ਜੋ ਵੀ ਦੇਖੋ ਇੱਕ ਲਾਈਨ ਹੈ ਹੂੰ ਜਿਹੜੀ فرض ਕਰੋ ਤੁਹਾਡੀ ਪੱਤਰਕਾਰੀ ਲਾਈਨ ਤੁਹਾਨੂੰ ਪਤਾ ਕਿਵੇਂ ਨਿਊਜ਼ ਬਣਾਉਣੀ ਕੀ ਕਿਵੇਂ ਕਰਨਾ ਸਾਨੂੰ ਇਸ ਲਾਈਨ ਦਾ ਪਤਾ ਹੂੰ ਸਾਡੀ ਲਾਈਨ ਅੱਛਾ ਇਹ ਜਿਵੇਂ ਇੱਕ ਇਹਨਾਂ ਦੀ ਕੈਟਾਗਰੀ ਹੁੰਦੀ ਕਹਿੰਦੇ ਵੀ ਸਲੇਡਾ ਕਹਿੰਦੇ ਬੜਾ ਰੂਪ ਕਈ ਭੇਦ ਬਦਲ ਲੰਦਾ ਹੋ ਸਲੇਡਾ ਭੇਸ ਜ਼ਰੂਰ ਬਦਲਦਾ ਹੂੰ ਪਰ ਸਲੇਡਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਅੱਛਾ ਉਹ ਸਿਰਫ ਸਲੇਟੇ ਦਾ ਕੰਮ ਹੁੰਦਾ ਡਰਾਉਣਾ ਹੀ ਇਹ ਵੀ ਇੱਕ ਪਰ ਜਤੀ ਇਹਨਾਂ ਚੋ ਜਿਵੇਂ ਆਪਣੀਆਂ ਬੰਦਿਆਂ ਦੀਆਂ ਪਰ ਜਤੀਆਂ ਵੀ ਪਰ ਜਤੀਆਂ ਇਦਰੀ ਆ ਜਾਂਦੀ ਹੈ ਹੂੰ ਪਰ ਸਲੇਟਾ ਡਰਾਉਂਦਾ ਹੀ ਆ ਹੂੰ ਮਾੜੇ ਦਿਲ ਵਾਲੇ ਦਾ ਜਿਹੜਾ ਉਕਾਲਜਾ ਫਟਣ ਨੂੰ ਹੋ ਜਾਂਦਾ ਅੱਗੇ ਜਿਆਦੇ ਸੀ ਪਰ ਹੁਣ ਸਲੇਟੇ ਘੱਟ ਅੱਛਾ ਹੂੰ ਮਲੋਹ ਜਿਆ ਨੁਕਸਾਨ ਨਹੀਂ ਕਰਦਾ ਨਹੀਂ ਸਲੇਟਾ ਨੁਕਸਾਨ ਨਹੀਂ ਕਰਦਾ ਨਹੀਂ ਕਰ ਸਕਦਾ ਨਹੀਂ ਜਾਂ ਕਰਦਾ ਹੀ ਨਹੀਂ ਨਹੀਂ ਕਰਦਾ ਹੀ ਨਹੀਂ ਜੀ ਅੱਛਾ ਸਲੇਟਾ ਡਰਾਊਗਾ ਹੀ ਤੁਹਾਨੂੰ ਕਿਤੇ ਬਲਦ ਬਣ ਗਿਆ ਕਿਤੇ ਸੱਪ ਬਣ ਗਿਆ ਕਦੇ ਸ਼ੇਰ ਬਣ ਗਿਆ ਜਾਂ ਐਂ ਡਰਾਊਗਾ ਹੂੰ ਬਾਰ-ਬਾਰ ਉਹਦਾ ਕੀ ਕਾਰਨ ਡਰਾਉਣ ਦਾ ਕੀ ਕਾਰਨ ਹੁੰਦਾ ਜੀ ਫਿਰ ਬਸ ਜਿਵੇਂ ਆਪਾਂ ਕਹਿ ਦਈਏ ਕੋਈ ਸ਼ਰਾਰਤੀ ਅਨਸਰ ਹੂੰ ਉਹਨੂੰ ਸ਼ਰਾਰਤ ਕਰਨੀ ਹੈ ਹੂੰ ਇਹ ਸ਼ਰਾਰਤੀ ਅਨਸਰਾਂ ਚ ਹੀ ਆਉਂਦਾ ਸਲੇਡਾ ਅੱਛਾ ਇੱਕ ਤਰ੍ਹਾਂ ਦੀਆਂ ਆਤਮਾਵਾਂ ਹੁੰਦੀਆਂ ਜੀ ਇਹ ਬਿਲਕੁਲ ਆਤਮਾ ਹੁੰਦੀਆਂ ਜੀ ਤੇ ਇਹ ਮਤਲਬ ਜਿੱਦਾਂ ਆਪਾਂ ਰੋਟੀ ਖਾ ਕੇ ਜੀਵਤ ਰਹਿਨੇ ਆ ਹਵਾ ਸਾਹ ਪਾਣੀ ਲੈਨੇ ਇਹਦਾ ਕਿਦਰ ਕੀ ਸਿਸਟਮ ਹੁੰਦਾ ਜੀ ਜਿਹੜਾ ਪ੍ਰੇਤ ਦਾ ਖਾਣਾ ਪਾਣੀ ਹੈ ਨਾ ਜੀ ਜਿਹੜਾ ਚੰਗਾ ਪਾਣੀ ਹੈ ਪਵਿੱਤਰ ਪਾਣੀ ਹੈ ਹੂੰ ਆਪਾਂ ਰਾਤ ਨੂੰ ਬੱਚੇ ਦੇ ਸਰਾਣੇ ਰੱਖ ਕੇ ਪੈਂਦੇ ਆ ਹੂੰ ਠੀਕ ਹੈ ਆਪਦੇ ਸਰਾਣੇ ਕਈ ਸਿਆਣੇ ਬੰਦੇ ਪਾਣੀ ਰੱਖ ਕੇ ਪੈਂਦੇ ਵੀ ਸੁੱਚਾ ਪਾਣੀ ਰੱਖ ਲਓ ਯਾਰ ਡਰ ਨਹੀਂ ਲੱਗਦਾ ਗੰਦਾ ਸੁਫਨਾ ਨਹੀਂ ਆਉਂਦਾ ਹੂੰ ਇਹ ਪ੍ਰੇਤਾਂ ਨੂੰ ਪੀਣ ਨੂੰ ਨਹੀਂ ਮਿਲਦਾ ਅੱਛਾ ਪ੍ਰੇਤਾਂ ਨੂੰ ਪੀਣ ਨੂੰ ਪਾਣੀ ਮਿਲਦਾ ਹੈ ਜਿਹੜਾ ਆਪਾਂ ਸਵੇਰ ਟਾਇਲਟ ਜਾ ਕੇ ਪਾਣੀ ਡੋਲਦੇ ਨਾ ਉਹ ਇਹਨਾਂ ਨੂੰ ਪੀਣ ਨੂੰ ਮਿਲਦਾ ਅੱਛਾ ਤੇ ਬਿਸਟਾਏ ਇਹਨਾਂ ਨੂੰ ਖਾਣ ਨੂੰ ਮਿਲਦੀ ਆ ਚਾਹੇ ਉਹਦਾ ਕੋਈ ਵੀ ਚੀਜ਼ ਬਣਾ ਲੈਣ ਪਕਵਾਨ ਹੂੰ ਇਤੇ ਅਲੱਗ-ਅਲੱਗ ਭਗਵਾਨ ਸਾਰਿਆਂ ਦੇ ਜੋ ਮਰਜ਼ੀ ਬਣਾ ਲੈਣਾ ਉਹਦਾ ਖਾਲ ਨੂੰ ਪਰ ਹੁੰਦੀ ਏ ਉਹ ਗੰਦਗੀ ਆ ਹੂੰ ਪ੍ਰੇਤ ਨੂੰ ਪਤਾ ਹੁੰਦਾ ਇਸ ਚੀਜ਼ ਦਾ ਅੱਛਾ ਕੀ ਗੰਦਗੀ ਆ ਬਹੁਤ ਗੰਦੀ ਜੂਣ ਆ ਜੀ ਪ੍ਰੇਦੀ ਬਿਲਕੁਲ ਪ੍ਰੇਦੀ ਬਹੁਤ ਗੰਦੀ ਜੂਣ ਬਹੁਤ ਗੰਦੀ ਜੂਣ ਅੱਛਾ ਇਹਨੇ ਸਭ ਤੋਂ ਵਧੀਆ ਜਿੰਨ ਜਿਵੇਂ ਤੁਸੀਂ ਪਹਿਲਾਂ ਦੱਸਿਆ ਸਾਰੇ ਹੀ ਪਾਵਰਫੁੱਲ ਆ ਜੀ ਜਿਵੇਂ ਕਚੀਲ ਤੋਂ ਲੈ ਕੇ ਜਿਵੇਂ ਪਸਾਚ ਐ ਡੰਕਣੀ ਐ ਹਨ ਹੂੰ ਤੇ ਫਿਰ ਜਨ ਤਾਂ ਫਿਰ ਟੌਪ ਦੀ ਪਾਵਰ ਅੱਛਾ ਇਹ ਪਾਵਰਾਂ ਮਿਲਦੀਆਂ ਕਿਵੇਂ ਆ ਜੀ ਕਿਵੇਂ ਕਿਵੇਂ ਮਤਲਬ ਹਰ ਕੋ ਬੰਦਾ ਮਰਦਾ ਹੀ ਐ ਐਕਸੀਡੈਂਟ ਹੁੰਦਾ ਬੰਦਾ ਮਰ ਗਿਆ ਇੱਥੇ ਮਰ ਗਿਆ ਉੱਥੇ ਮਰ ਗਿਆ ਇਹ ਜਿੰਨ ਪ੍ਰੇਤ ਡੈਂਕਣੀ ਇਹ ਕਿ ਬਣਦੇ ਕਿਵੇਂ ਆ ਅੱਗੇ ਨਾ ਬਾਹਲੇ ਲੰਮਾ ਨਾ ਪਜਾਈਏ ਤੇ 40 45 ਸਾਲ ਪਛਾਣ ਚੱਲ ਗਏ ਜਦੋਂ ਅਸੀਂ ਨਿੱਕੇ ਸੀ ਉਦੋਂ ਸਿਆਣੇ ਕਹਿੰਦੇ ਹੁੰਦੇ ਸੀ ਸਾਡੇ ਬਜ਼ੁਰਗ ਵੀ ਅੱਜ ਇੱਧਰਲੇ ਪਾਸੋਂ ਰੱਬ ਲਾਲ ਆ ਕਿਤੇ ਅਣਾਈ ਮੌਤ ਹੋ ਗਈ ਹੂੰ ਨੌਜਵਾਨ ਮੌਤਾਂ ਬਹੁਤ ਘੱਟ ਹੁੰਦੀਆਂ ਸੀ ਹੂੰ ਤੇ ਜਿਹੜਾ ਅੱਜ ਦਾ ਦੌਰ ਹੈ ਇਹ ਨਿਆਈ ਮੌਤ ਹੀ ਹੁੰਦੀ ਹੈ ਐਕਸੀਡੈਂਟ ਜਿਆਦੇ ਨਿਆਈ ਮੌਤ ਹੀ ਹੈ ਨੌਜਵਾਨਾਂ ਦੇ ਹੁੰਦੇ ਆ ਹਮ ਇੱਕ ਤਾਂ ਨਸ਼ਾ ਪੱਤਾ ਮੜੀਰ ਜਿਆਦੇ ਮੁੰਡੇ ਕਰਨ ਲੱਗੇ ਹਮ ਦੂਜਾ ਨੰਬਰ ਜਿਹੜੇ ਸਿਆਣੇ ਬਜ਼ੁਰਗਾਂ ਨੇ ਉਹਨੂੰ ਤਾਂ ਘਰੋਂ ਹੀ ਨਿਕਲਣ ਦਿੰਦੇ ਹਮ ਤੂੰ ਬਾਪੂ ਬਾਹਰ ਜਾ ਕੇ ਕੀ ਲੈਣਾ ਹਮ ਤੂੰ ਬਰਾਜ ਜਾ ਕੇ ਕੀ ਲੈਣਾ ਤੂੰ ਵਿਆਹ ਤੇ ਕੀ ਕਰੇਗਾ ਹਮ ਤੇ ਅੱਜ ਤੋਂ 40 50 ਸਾਲ ਪਹਿਲਾਂ ਜਾਂਦੇ ਹੀ ਸਿਆਣੇ ਬੰਦੇ ਹੁੰਦੇ ਸੀ ਕਿਤੇ ਫੰਕਸ਼ਨ ਤੇ ਵਿਆਹ ਤੇ ਹਮ ਮਰਗ ਤੇ ਮੁੰਡਿਆਂ ਨੇ ਕਹਿੰਦੇ ਕੀ ਕਰਨਾ ਹੁਣ ਉਲਟਾ ਇਸ ਕਰਕੇ ਜੋ ਅਨਿਆਈ ਮੌਤਾਂ ਜ਼ਿਆਦਾ ਹੁੰਦੀਆਂ ਤੇ ਫਿਰ ਇਹ ਜੁਨਨ ਜ਼ਿਆਦੇ ਜਾਂਦੇ ਆ। ਅੱਛਾ। ਵੀ ਜਿਹੜੇ ਤੁਸੀਂ ਮਤਲਬ ਤੁਹਾਡੇ ਕੋਲੇ ਜਿਹੜੀ ਪਾਵਰ ਹੈ ਹਨਾ ਉਹ ਤੁਸੀਂ ਕਿਵੇਂ ਉਹਨੂੰ ਬਰਤਦੇ ਕਿਵੇਂ ਹੋ? ਮਤਲਬ ਤੁਹਾਨੂੰ ਤੁਹਾਨੂੰ ਕਿਵੇਂ ਬਦਲਾ ਜੇ ਅੱਜ 100 ਮੌਤ ਹੋ ਗਈ ਪੰਜਾਬ ਦੇ ਵਿੱਚ ਹਨਾ ਉਹਨਾਂ ਚ ਤੁਹਾਡੇ ਉਹ ਤੁਸੀਂ ਉਹਨਾਂ ਚ ਕਿਵੇਂ ਕਿਵੇਂ ਬੰਦੇ ਫੜਦੇ ਹੋ? ਆਏ ਫੜਨ ਦੀ ਲੋੜ ਨਹੀਂ ਪੈਂਦੀ ਜੀ। ਹੂੰ। ਸਾਨੂੰ ਬਚਪਨ ਦੇ ਵਿੱਚ ਜਿਹੜੇ ਸਿਲੇ ਕਢਾਏ ਗਏ ਸੀਗੇ ਹੂੰ ਅੱਜ ਤੱਕ ਸਾਡੇ ਚੱਲਦੇ ਆ। ਇਹ ਛਿਲੇ ਮਤਲਬ ਇਹ ਛਿਲੇ ਪਹਿਲਾਂ ਲੱਭ ਜਿਹੜਾ ਹੈਗਾ ਇਹ ਇਹ ਮੁਸਲਮਨ ਪਚਾਰ ਤੋਂ ਨਹੀਂ ਆ ਜੀ ਪਿਛੇ ਚਿਲਾ ਕੱਟਦੇ ਆ ਉਹ ਨਹੀਂ ਛਿਲਾ ਕੱਟਣਾ ਤੇ ਛਿਲਾ ਕੱਢਣਾ ਅੱਛਾ ਦੋਨੋਂ ਵੱਖੋ ਵੱਖਰੀਆਂ ਚੀਜ਼ਾਂ ਜੀ ਓਕੇ ਜਿਵੇਂ ਸਾਡੀ ਲੈਣ ਦੇ ਵਿੱਚ ਹੈਗਾ ਵੀ ਸੁੱਧੀ ਕਰਨ ਵੱਖਰਾ ਹੂੰ ਸਿੱਧੀ ਕਰਨ ਵੱਖਰਾ ਹੂੰ ਵਸੀ ਕਰਨ ਵੱਖਰਾ ਹੂੰ ਇਵੇਂ ਅਲੋੜੀ ਕੈਟਾਗਰੀਆਂ ਹੂੰ 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 ਵੱਖੋ ਵੱਖਰੇ ਪ੍ਰੋਜੈਕਟ ਆ ਸਾਰੇ ਹੂੰ ਸ਼ਰਮਾ ਜੀ ਅੱਜ ਕੱਲ ਜਿਹੜੇ ਤੁਸੀਂ ਤਾਅੰਤਰ ਦੀ ਗੱਲ ਤੁਸੀਂ ਕਰ ਰਹੇ ਹੋ ਪਹਿਲਾਂ ਸਾਨੂੰ ਇਹ ਜਾਣਕਾਰੀ ਦਿਓ ਕਿ ਪੰਜਾਬ ਚ ਜਾਂ ਪੰਜਾਬ ਚ ਵਾਲੇ ਦੱਸੋ ਕਿ ਕਿੰਨੇ ਕਿ ਤਾਅੰਤਰਕ ਨੇ ਵੈਸੇ ਤਾਂ ਪੰਜਾਬ ਬਹੁਤ ਵੱਡਾ ਹੈ ਜੀ ਪਰ ਜੇ ਤਾਅੰਤਰਕਾਂ ਦੀ ਗੱਲ ਕਰੀਏ ਤਾਂ ਗਿਣ ਮੇ ਚੁਣ ਮਈ ਅੱਛਾ ਸੰਤ ਬਹੁਤ ਹੈ ਸਾਡੇ ਸਤਕਾਰਯੋਗ ਹੈ ਬਹੁਤ ਪੁਰਾਣੀਆਂ ਗੱਦੀਆਂ ਸੰਤਾਂ ਦੀਆਂ ਮਹਾਂਪੁਰਸ਼ਾਂ ਦੀਆਂ ਡੇਰੇ ਬਹੁਤ ਪੁਰਾਣੇ ਪ੍ਰਾਤਨ ਹੈ ਕਰਨੀ ਵਾਲੇ ਡੇਰੇ ਹੈਗੇ ਆ ਪਰ ਜੇ ਤਾਤਰਕਾਂ ਦੀ ਗੱਲ ਕਰੀਏ ਤਾਂ ਗਣਮੇ ਚੜਮੇ ਗਣਮੇ ਚੜਮੇ ਤੁਸੀਂ ਤਾਤਰਿਕੋਂ ਤੁਹਾਡੇ ਨਾਲ ਅਕਸਰ ਮਿਲ ਮਲਾ ਬੰਦ ਰਹਿੰਦਾ ਉਹਨਾਂ ਦਾ ਬਿਲਕੁਲ ਹੁੰਦਾ ਰਹਿੰਦਾ ਜੀ ਤਾਤਰਕ ਜਿਹੜੇ ਉਹ ਬੰਗਾਲ ਤੇ ਬਿਹਾਰ ਦੇ ਵਿੱਚ ਜਿਆਦੇ ਆ ਅੱਛਾ ਹਾਂ ਇਹ ਇਹ ਇਦਾਂ ਵੀ ਹੁੰਦਾ ਕਦੀ ਕੋਈ ਕੰਮ ਤੁਹਾਡਾ ਅੜ ਗਿਆ ਜਾਂ ਤੁਸੀਂ ਉਹਨਾਂ ਦਾ ਕੋਈ ਕੰਮ ਅੜ ਗਿਆ ਫਿਰ ਕੋਈ ਇਦਾਂ ਹੀ ਇਦਾਂ ਦਾ ਵੀ ਹੈ ਤੁਸੀਂ ਹੋ ਜਾਂਦਾ ਅਦਲੀ ਬਦਲੀ ਆ ਤਾਨ ਪ੍ਰਦਾਨ ਵੀ ਕਰਦੇ ਹੋ ਆ ਮਗਰਲੇ ਹਫ਼ਤੇ ਦੀ ਗੱਲ ਹੀ ਆ ਮੇਰਾ ਗੁਰਪਾਈ ਆ ਹੂੰ ਬਿਹਾਰ ਦੇ ਵਿੱਚ ਖਗਰਿਆ ਦੇ ਵਿੱਚ ਖਗਰਿਆ ਹਾਂਜੀ ਹੂੰ ਤੇ ਉਹ ਕੋਈ ਉੱਥੇ ਕਰ ਰਹੇ ਸੀ ਤੇ ਉਹਨਾਂ ਦਾ ਮੈਨੂੰ ਰਾਤ ਨੂੰ 11:30 ਵਜੇ ਪਾਉਣੇ 12:00 ਵਜੇ ਫੋਨ ਆਇਆ ਮੈਂ ਬੈਠਾ ਸੀਗਾ ਹੂੰ ਆਪ ਦਾ ਰਬਰਬ ਕਰਦਾ ਸੀ ਹੂੰ ਤੇ ਕਹਿੰਦਾ ਵੀ ਕੋਈ ਇਹ ਉਝੜ ਗਿਆ ਤੇ سپورਟ ਦੇ ਮੈਨੂੰ ਇਧਰੋਂ ਅੱਛਾ 1:30 2:00 ਵਜੇ ਤੱਕ ਅਸੀਂ ਆਪਸ ਵਿੱਚ ਤਕਰੀਬਨ ਤਾਲਮੇਲ ਬਣਾਈ ਰੱਖਿਆ ਹੂੰ ਤੇ ਚਲੋ ਫਿਰਦਰੂ ਕੀ سپورਟ ਭੇਜੀ ਤੁਸੀਂ ਮੈਂ ਇਹੀ ਵਿਦਿਆ ਜੀ ਜੋ ਅੱਛਾ ਹਾਂ ਕਰ ਪਾਈ ਮਹਾਕਾਲ ਜੀ ਨੇ ਮਿਹਰ ਕੀਤੀ ਹੂੰ ਚੜ੍ਹਦੀ ਕਲਾ ਆ ਗਈ ਅੱਛਾ ਇਹ ਸਾਨੂੰ ਆਪਸ ਵਿੱਚ ਇੱਕ ਦੂਜੇ ਨੂੰ ਲੋੜ ਪੈ ਜਾਂਦੀ ਹੈ ਜੀ ਹੂੰ ਛੇਤੀ ਕੀਤੇ ਨਹੀਂ ਪਰ ਕਦੇ-ਕਦੇ ਇੱਕ ਦੂਜੇ ਨੂੰ ਪੈ ਜਾਂਦੀ ਹੈ ਲੋਕ ਹੂੰ ਇਹ ਤੰਦਰਿਕ ਚੰਗੇ ਮਾੜੇ ਵੀ ਹੁੰਦੇ ਆ ਜੀ ਵੈਸੇ ਤਾਂ ਵਿਦਿਆ ਕੋਈ ਮਾੜੀ ਨਹੀਂ ਹੁੰਦੀ ਜੇ ਕੋਈ ਵੀ ਵਿਦਿਆ ਹੈ ਜੇ ਉਹਦਾ ਸਹੀ ਉਪਯੋਗ ਕੀਤਾ ਜਾਵੇ ਤਾਂ ਨਹੀਂ ਕੀਤਾ ਜਾ ਮਾੜੀ ਵਿਦਿਆ ਪਰ ਕਈ ਵਿੱਚ ਹੈਗੇ ਆ ਜਿਹੜੇ ਚੰਨ ਸਿੱਕਿਆਂ ਦੀ ਬਜਾਏ ਕਿਸੇ ਦਾ ਮਾੜਾ ਕਰਦੇ ਆ ਹੂੰ ਮੈਂ ਅੱਗੇ ਵੀ ਤੁਹਾਨੂੰ ਕਹਿ ਕੇ ਆਟਿਆਂ ਵੀ ਜਿਹੜਾ ਆਪਦੇ ਸਹੀ ਗੁਰੂ ਦਾ ਚੰਡਿਆ ਨਾ ਹੂੰ ਤੇ ਆਪਦੇ ਸਹੀ ਪਿਓ ਦਾ ਪੁੱਤ ਆ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਪਿਛਲੇ ਅ 2 ਕੁ ਮਹੀਨੇ ਹੋ ਗਏ ਤਕਰੀਬਨ ਹੂੰ ਮੇਰੇ ਕੋਈ ਇਨਸਾਨ ਆਇਆ ਕੋਈ ਹੂੰ ਮੋਗੇ ਦੇ ਨੇੜੇ ਦਾ ਈ ਸੀ ਹੁਣ ਮੈਂ ਕਸਬੇ ਦਾ ਲਾਣੀ ਲੈਣਾ ਹੂੰ ਉਹ ਕਹਿੰਦਾ ਵੀ ਮੇਰੇ ਅ 2 ਪਤੇਜੀਆਂ ਤੇ 1 ਪਤੇਜਾ ਹੂੰ ਕੈਨੇਡਾ ਦੇ ਵਿੱਚ ਹੂੰ ਤੇ ਬਾਬਾ ਜੀ ਮੈਂ ਤੁਹਾਡੀ ਉਪਮਾ ਸੁਣੀ ਤੁਸੀਂ ਉਹਨਾਂ ਨੂੰ ਰੋਲਣਾ ਹੈ ਰੋਲ ਸਕਦੇ ਹੋ ਹੂੰ 15 ਲੱਖ ਰੁਪਏ ਦੀ ਆਫਰ ਆ ਮੇਰੇ ਨੂੰ ਹੂੰ ਕੀ ਕਰਨਾ ਕਾਹਨੋ ਕੀ ਚਾਹੁੰਦਾ ਸੀ ਉਹ ਉਹਨਾਂ ਨੂੰ ਉੱਥੋਂ ਇੱਥੇ ਲਿਆਉਣਾ ਪਾਗਲ ਕਰਨਾ ਅੱਛਾ ਇਹ ਵੀ ਤੰਤਰ ਇੱਕ ਕਰ ਸਕਦਾ ਸਭ ਹੁੰਦਾ ਜੀ ਹੂੰ ਮੈਂ ਕਹਿੰਦਾ ਜਿੱਥੇ ਇੱਕ ਰੋਟੀ ਖਾਣੀ ਹੈ ਨਾ ਉੱਥੇ ਬੁਰਕੀ ਖਾ ਕੇ ਗੁਜ਼ਾਰਾ ਕਰ ਲਾਂਗੇ ਅਰ ਕਿਸੇ ਦਾ ਮਾੜਾ ਨਹੀਂ ਕਰਨਾ ਹੁਣ ਮੈਂ ਕਹਿੰਦਾ ਤੇਰੇ ਭਤੀਜੇ ਨੇ ਜਾਂ ਤੇਰੀਆਂ ਭਤੀਜੀਆਂ ਨੇ ਤੇਰਾ ਮਾੜਾ ਕੀਤਾ ਹੋਊਗਾ ਹੂੰ ਤੂੰ ਰਨ ਵਿਜਟ ਮੇਰਾ ਉਹਨਾਂ ਦੇ ਜਵਾਕਾਂ ਨੇ ਕੀ ਮਾੜਾ ਕੀਤਾ ਹੂੰ ਮੈਂ ਨਹੀਂ ਮਾੜਾ ਕਰੂੰਗਾ ਹੂੰ ਕਿਉਂ ਉਹ ਦਰਬਾਰ ਚ ਭਗਵਾਨ ਦੇ ਚ ਜਦੋਂ ਜਾ ਕੇ ਖੜਨਾ ਹੈ ਨਾ ਹੂੰ ਜਿਉਹਨੇ ਕੋਈ ਤੁੱਛ ਵਿੱਦਿਆ ਦਿੱਤੀ ਹੈ ਤਾਂ ਉੱਥੇ ਜਾ ਕੇ ਉਹਦੇ ਮੂਹਰੇ ਸਿਰ ਝੁਕਾ ਕੇ ਨਾ ਖੜਨਾ ਪਵੇ ਹੂੰ ਇਹ ਪਰਮਾ ਭਗਵਾਨ ਤੂੰ ਸਾਨੂੰ ਵਿੱਦਿਆ ਦਿੱਤੀ ਸੀ ਅਸੀਂ ਉਹਦਾ ਸਹੀ ਇਸਤੇਮਾਲ ਕੀਤਾ ਹੂੰ ਮਾੜੇ ਦੀ ਮਦਦ ਕੀਤੀ ਜਿਹੜਾ ਦੁਖੀ ਸੀ ਜਿੰਨੀ ਜੋਗੀ ਸੀ ਹੂੰ ਅਸੀਂ ਮਾੜੇ ਦੀ ਮਦਦ ਕੀਤੀ ਦੁਖੀ ਦੀ ਮਦਦ ਕੀਤੀ ਹੂੰ ਕਿਸੇ ਦਾ ਗਲ ਨਹੀਂ ਕੁੱਟਿਆ ਹੂੰ ਨਾ ਹੀ ਗਲਤ ਕੀਤਾ ਨਾ ਕਰਨਾ ਹੂੰ ਜਿਹੜਾ ਸਹੀ ਉਸਤਾਦ ਦਾ ਚੰਡਾ ਉਹ ਗਲਤ ਨਹੀਂ ਕਰਦਾ ਪਰ ਕੁਛ ਹੈ ਲੋਕੀ ਜਿਹੜੇ ਕਿ ਬੇਗੁਰੇ ਹੀ ਕਹਿ ਸਕਾਂਗੇ ਜਿਹੜੇ ਕਿਸੇ ਦਾ ਮਾੜਾ ਕਰਦੇ ਚੰਨ ਸਿੱਕਿਆਂ ਦੀ ਬਜਾਇ ਕਰਦੇ ਸਾਡੇ ਕੋਲ ਆਉਂਦੀ ਦੁਨੀਆ ਹੂੰ ਪਰ ਨਹੀਂ ਕਰਨਾ ਚਾਹੀਦਾ ਮਾੜੇ ਕਰਦੀ ਹੈ ਹੈਗੇ ਵਿੱਚ ਪੰਜੇ ਉਂਗਲਾਂ ਕੋ ਜਿੰਨਾ ਬੈਸਾ ਹੂੰ ਹੈਗੇ ਵਿੱਚ ਪਰ ਮੈਂ ਤੁਹਾਡੇ ਥਰੂ ਹੂੰ ਤੁਹਾਡੇ ਚੈਨਲ ਦੇ ਥਰੂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਨੀ ਚਾਹਣਾ ਹੂੰ ਵੀ ਕਦੇ ਵੀ ਕਿਸੇ ਦਾ ਜ਼ਿੰਦਗੀ ਚ ਮਾੜਾ ਨਾ ਕਰੋ ਹੂੰ ਕਿਉਂਕਿ ਆਪਾਂ ਵੀ ਇੱਕ ਇਨਸਾਨ ਹੈ ਜੇ ਕੁਝ ਵਿੱਦਿਆ ਮਾੜੀ-ਮੋਟੀ ਮਿਲ ਗਈ ਤਾਂ ਆਪਾਂ ਭਗਵਾਨ ਨਹੀਂ ਹੂੰ ਆਪਾਂ ਵੀ ਇਨਸਾਨ ਐ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਚੰਗਾ ਜੀ ਦਾ ਮਰਜ਼ੀ ਕਰ ਦਿਓ ਹੂੰ ਚੰਨ ਸਿੱਕਿਆਂ ਦੀ ਵਜਾਏ ਜਾਂ ਆਪਦੇ ਹਿੱਤ ਵਾਸਤੇ ਕਿਸੇ ਦਾ ਮਾੜਾ ਨਾ ਕਰੋ ਹੂੰ ਤੋ ਕੋ ਉਹਦੇ ਦਰਬਾਰ ਦੇ ਵਿੱਚ ਆਪਾਂ ਵੀ ਜਾ ਕੇ ਖੜਨਾ ਹੂੰ ਇਹ ਜਿਹੜੇ ਭੂਤ ਪ੍ਰੇਤ ਜਿਹੇ ਹੁੰਦੇ ਆ ਹਾਂਜੀ ਇਹ ਅਕਸਰ ਲੋਕ ਕਹਿੰਦੇ ਨੇ ਕਿ ਇਹ ਬਹੁਤ ਡਰਾਉਂਦੇ ਆ ਇਨਸਾਨਾਂ ਨੂੰ ਇਹ ਇਹਨਾਂ ਦਾ ਕੀ ਕਰਦੇ ਆਪਣੀ ਜਿਹੜੀ ਉਹ ਅਣਾਈ ਮੌਤ ਮਰੇ ਹੁੰਦੇ ਆ ਉਹਨਾਂ ਦਾ ਬਦਲਾ ਲੈਂਦੇ ਆ ਜਾਂ ਇਹ ਜੇ ਇਹ ਹੁੰਦਾ ਵੀ ਅਸੀਂ ਮਰ ਗਏ ਆਈ ਤੁਰੇ ਫਿਰਦੇ ਆ ਇਦਾਂ ਵੀ ਹੁੰਦਾ ਜੀ ਨਹੀਂ ਆਏ ਨਹੀਂ ਹੁੰਦਾ ਜੀ ਕਈ ਤਾਂ ਹੁੰਦਾ ਹੈ ਕਿ ਜੇ ਕਿਸੇ ਨੇ ਜਾਣ ਬੁੱਝ ਕੇ ਕਿਸੇ ਨੂੰ ਕਤਲ ਹੀ ਕਰਤਾ ਤੇ ਉਹਦੀ ਜਿਹੜੀ ਅੰਤਮ ਸਮੇਂ ਜਦੋਂ ਸਵਾਸ ਨਿਕਲਦਾ ਫਿਰ ਉੱਥੇ ਹੀ ਗੱਲ ਹੁੰਦੀ ਆ ਉਸ ਪ੍ਰਾਨੀ ਚ ਸੁਤਾ ਰਹੇਗੀ ਕਿ ਇਹ ਬੰਦੇ ਨੇ ਮੈਨੂੰ ਮਾਰਿਆ ਮੇਰਾ ਘਰ ਤਬਾਹ ਕਰਤਾ ਤੇ ਕਈ ਕੇਸ ਹੁੰਦੇ ਆ ਵੀ ਜਿਹੜੀਆਂ ਉਹ ਚੀਜ਼ਾਂ ਬਦਲਾ ਲੈਂਦੀਆਂ ਹੂੰ ਇਹ ਤੁਸੀਂ ਫਿਲਮਾਂ 'ਚ ਵੀ ਕਈਆਂ 'ਚ ਵੇਖਿਆ ਹੋਣਾ ਵੀ ਚੀਜ਼ਾਂ ਬਦਲਾ ਲੈਂਦੀਆਂ ਹੂੰ ਤੇ ਜ਼ਿਆਦਾਤਰ ਚੀਜ਼ਾਂ ਆਏ ਵੀ ਹੈਗੀਆਂ ਵੀ ਉਹ ਬੰਦਾ ਕੋਲ ਦੀ ਲੰਘਿਆ ਜਾ ਕੋਈ ਕੋਲ ਦੀ ਲੰਘਦਾ ਤੇ ਉਹ ਟਰੈਕਸ਼ਨ ਦੇ ਨਾਲ ਵੀ ਉਹ ਚੀਜ਼ਾਂ ਨਾਲ ਜੁੜ ਜਾਂਦੀਆਂ ਮਗਰ ਲੱਗ ਜਾਂਦੀਆਂ ਅੱਛਾ ਹਾਂ ਤੇ ਕਰਨ ਕਰਾਉਣ ਵਾਲੇ ਵੀ ਕਈ ਹੈਗੇ ਆ ਜਿਹੜੇ ਜਾਣ ਬੁੱਝ ਕੇ ਚੰਨ ਸਿੱਕੇ ਦੇ ਕੇ ਕੋਈ ਪੈਸੇ ਦੇ ਕੇ ਕਿਸੇ ਦਾ ਕੋਈ ਮਾੜਾ ਕਰਾਉਂਦੇ ਆ ਕਿਉਂ ਲੋਕੀ ਆਪਦੇ ਦੁੱਖ ਤੋਂ ਨੇ ਦੁਖੀ ਨਹੀਂ ਜਿੰਨੇ ਦੂਜੇ ਦੇ ਸੁੱਖ ਤੋਂ ਦੁਖੀ ਐ ਹੂੰ ਕਿ ਇਹ ਬੰਦਾ ਸੌਖੀ ਰੋਟੀ ਕਿਉਂ ਖਾਂਦਾ ਹੂੰ ਉਹਦਾ ਫੇ ਮਾੜਾ ਕਰਵਾਉਂਦੇ ਆ ਕਰਵਾਉਂਦੇ ਆ ਜੀ ਅੱਛਾ ਹੁੰਦਾ ਇਹ ਤਾਂਤਰਕਾਂ ਵਿੱਚ ਵੀ ਕੋਈ ਆ ਪਦਵੀ ਹੁੰਦੀ ਐ ਕੈਟਾਗਰੀ ਹੁੰਦੀ ਐ ਕੈਟਾਗਰੀਆਂ ਹੁੰਦੀਆਂ ਤਾਂਤਰਕਾਂ ਦੀ ਕੰਨੀਆਂ ਮੁੰਨੀਆਂ ਅੱਛਾ ਬਹੁਤ ਸਾਰੀਆਂ ਮੁੰਨੀਆਂ ਹੁੰਦੀਆਂ ਇਹ ਤਾਂਤਰਕ ਹੀ ਮੇਨ ਮੁਹਈ ਤਾਂਤਰਕ ਹੈ ਪਰ ਇਹਨਾਂ ਦੀਆਂ ਵੀ ਮੂੰਝਾਂ ਹੁੰਦੀਆਂ ਜਿਵੇਂ ਸਾਧੂਆਂ ਦੀਆਂ ਮੂੰਝਾਂ ਹੁੰਦੀਆਂ ਜਿਵੇਂ ਸੰਨਿਆਸੀ ਹੋਗੇ ਆਦਾਸੀ ਹੋਗੇ ਪੁਰੀ ਹੋਗੇ ਗਿਰੀ ਹੋਗੇ ਬਰਾਗੀ ਹੋਵੇ ਇਹ ਵੀ ਤਾਂਤਰਕ ਵੀ ਅੱਛਾ ਇਹ ਜਦੋਂ ਤੁਸੀਂ ਜਦੋਂ ਤੁਸੀਂ ਹਵਨ ਵਗੈਰਾ ਕਰਦੇ ਹੋ ਹਾਂਜੀ ਇਹ ਦਿਨੇ ਕਰਦੇ ਹੋ ਫੇ ਜਾਂ ਰਾਤ ਨੂੰ ਕਰਦੇ ਆ ਜੀ ਹਵਨ ਜੱਗ ਬੈਸਾਬ ਕਈ ਪ੍ਰਕਾਰ ਦੇ ਆ ਹੂੰ ਕਈ ਦੇਵਤਿਆਂ ਦੇ ਹਵਨ ਹੂੰ ਜਿਵੇਂ ਕਿਸੇ ਤੱਕ ਬਾਲਾ ਕੰਮ ਕੋਈ ਅੜਿਆ ਹੋਵੇ ਜਾਂ ਅਸੀਂ ਆਪਦੀ ਰਿਵੀਜ਼ਨ ਵਾਸਤੇ ਸਿੱਧੀ ਵਾਸਤੇ ਜਿਵੇਂ ਹੁਣ ਦਿਵਾਲੀ ਆ ਗਈ ਹੂੰ ਤੇ ਤਾਂਤਰਕ ਹਮਣ ਜਿਹੜੇ ਹੁਣ ਸਾਰੇ ਰਾਤ ਨੂੰ ਹੀ ਹੁੰਨੇ ਅੱਛਾ ਹਾਂ ਤਾਂਤਰ ਸਾਰੇ ਰਾਤ ਨੂੰ ਕਰਨੀ ਜੀ ਤਾਂਤਰਕ ਹਮਣ ਤਕਰੀਬਨ ਰਾਤ ਨੂੰ ਹੁੰਦੇ ਹੂੰ ਇਹ ਗੇਚ ਕਿੰਨੀ ਸਚਾਈ ਹੈ ਕਹਿੰਦੇ ਸੀ ਵੀ ਦਿਵਾਲੀ ਵਾਲੀ ਰਾਤ ਨੂੰ ਜਾਂ ਫਲਾਨੇ ਪਿੱਪਲ ਥੱਲੇ ਨਹੀਂ ਜਾਣਾ ਨਹੀਂ ਪਿੱਪਲ ਥੱਲੇ ਦੀ ਤਾਂ ਕੋਈ ਗੱਲ ਨਹੀਂ ਏਡੀ ਹੂੰ ਕਿਉਂਕਿ ਜਿਹੜੇ ਕੋਈ ਕਰਨਾ ਹੈ ਨਾ ਉਹ ਪਿੱਪਲ ਥੱਲੇ ਜਾਣ ਦੀ ਲੋੜ ਨਹੀਂ ਪਿੱਪਲ ਨੂੰ ਪਵਿੱਤਰ ਮੰਨਿਆ ਗਿਆ ਜੀ ਹੂੰ ਪਵਿੱਤਰ ਪਿੱਪਲ ਆ ਜਿਹੜਾ ਤ੍ਰੀ ਦੇਵ ਦਾ ਵਾਸ ਹੈ ਹੂੰ ਤਿੰਨਾਂ ਦੇਵਤਿਆਂ ਦਾ ਵਾਸ ਪਿੱਪਲ ਦੇ ਵਿੱਚ ਹੂੰ ਤੇ ਬਹੁਤ ਪਵਿੱਤਰ ਦਰਖਤ ਆ ਜਿਹੜਾ ਪਿੱਪਲ ਦਾ ਦਰਖਤ ਆ ਹੂੰ ਕੋਈ ਐਵੀਂ ਗੱਲ ਨਹੀਂ ਫਿਰ ਰਾਤ ਨੂੰ ਤੁਸੀਂ ਕਰਦੇ ਹੋ ਸਾਰਾ ਇਹ ਹਰ ਰਾਤ ਨੂੰ ਪ੍ਰੇਤ ਚੌਕ ਪੂਰਨਾ ਪੈਂਦਾ ਪਹਿਲਾਂ ਹੂੰ ਇਹਦੇ ਕੋਈ ਸਮਾਂ ਵੀ ਹੁੰਦਾ ਸਮਾਂ ਹੁੰਦਾ ਜ਼ਿਆਦਾਤਰ ਅਰਧ ਰਾਤਰੀ ਵਿੱਚ ਲੈਣੀ ਪੈਂਦੀ ਹੈ ਅੱਛਾ ਹਾਂ ਜਿਹੜਾ ਵਾਜੂ ਚੌਕ ਹੈ ਨਾ ਜਿਹਨੂੰ ਅਸੀਂ ਆਮ ਪੰਜਾਬੀ ਚ ਅਸੀਂ ਵਾਜੂ ਚੌਕ ਕਹਿੰਦੇ ਨੇ ਪ੍ਰੇਤ ਚੌਕ 17 ਪ੍ਰਕਾਰ ਦਾ ਜੀ ਅੱਛਾ ਵਾਜੂ ਚੌਕ ਹੂੰ ਤੇ ਜਦੋਂ ਅਸੀਂ ਤਾਂਤਰਿਕ ਹਮਣ ਕਰਦੇ ਆਂ ਤੇ ਉਹ ਸਾਨੂੰ ਕਰਨਾ ਪੈਂਦਾ ਅੱਛਾ ਹਾਂ ਉਦੋਂ ਵੇ ਕੀ ਇਹ ਤਾਂਤਰਿਕ ਜਿਹੜੀਆਂ ਪ੍ਰੇਤਾਂ ਵਗੈਰਾ ਤੁਹਾਡੇ ਕੋਲ ਆ ਜਾਣੀਆਂ ਫਿਰ ਇਹ ਬਿਲਕੁਲ ਆਉਂਦੀਆਂ ਜੀ ਮੈਂ ਪਿੱਛੇ ਜੇ ਇੱਕ YouTube ਤੇ ਵੀਡੀਓ ਪਾਈ ਸੀ ਅਸੀਂ ਹੂੰ ਉਹ ਵੀਡੀਓ ਵੀ ਆਏ ਪਈ ਵੀ ਉਹ ਪਰਿਵਾਰ ਸੀ ਅਮਰੀਕਾ ਦੇ ਵਿੱਚੋਂ ਮੇਰੇ ਸੱਜਣ ਮਿੱਤਰ ਹੀ ਸੀਗੇ ਹੂੰ ਉਹਨਾਂ ਦਾ ਹਵਨ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਕੋਈ ਮੁੰਡਾ ਆਇਆ ਸੀ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਮੇਰਾ ਉਹ ਧਿਆਨ ਨਹੀਂ ਸੀ ਹੂੰ ਵੀਡੀਓ ਦੇ ਵਿੱਚ ਹੂੰ ਤੇ ਜਦੋਂ ਹਵਨ ਕਰਦੇ ਦਾ ਮੇਰੀ ਉਧਰ ਅੱਖ ਗਈ ਤੇ ਫਿਰ ਮਾਣ ਨੂੰ ਰੋਕਿਆ ਮੁੰਡੇ ਨੂੰ ਨਾਲ ਹੀ ਹੂੰ ਤੇ ਜਦੋਂ ਬਾਅਦ ਦੇ ਵਿੱਚ ਹਵਨ ਕਰਕੇ ਅਸੀਂ ਉੱਠੇ 1.5 ਵਜੇ ਪਾਉਣੇ 2 ਵਜੇ ਤੇ ਫਿਰ ਉਹ ਮੁੰਡੇ ਨੇ ਵੀਡੀਓ ਵੇਖੀ ਰਾਤ ਨੂੰ ਰਾਤ ਨੂੰ ਤੇ ਉਹ ਮੈਨੂੰ ਆਂਦਾ ਵੀ ਬਾਬਾ ਜੀ ਆ ਵੇਖੋ ਆ ਵਿੱਚ ਕਿਵੇਂ ਉਹ ਵੀ ਚਿੰਨ ਆਏ ਆ ਹੂੰ ਜਗ ਮਗਾਉਂਦੇ ਕੰਧ ਦੇ ਉੱਤੇ ਆਮ ਤਾਂ ਇਹ ਵੀ ਨਹੀਂ ਵੀ ਅਗਣ ਦੀ ਜਿਹੜੀ ਐ ਡਾਇਰੈਕਸ਼ਨ ਪੈਂਦੀ ਹੋਊਗੀ ਜਾਂ ਅਗਣੀ ਦੀ ਚਮਕ ਪੈਂਦੀ ਹੋਊਗੀ। ਹੂੰ ਉਹ ਅਗਣੀ ਇੱਥੇ ਮਨ ਮੱਚੀ ਜਾਂਦੀ ਉਹ ਕਿਤੇ ਤਾਂ ਜਾਂਦਾ ਕਿਤੇ ਥਾਂ ਜਾਂਦਾ ਉਵੇਂ-ਉਵੇਂ ਚੱਗਦਾ ਉਹ ਦੀਵਾਰ ਤੇ ਪੂਰਾ ਆਇਆ। ਹੂੰ ਪਰ ਮੈਂ ਹੁਣ ਮੁੰਡੇ ਨੂੰ ਕਿਹਾ ਮੈਂ ਕਿਹਾ ਵੀ ਕਾਕਾ ਜਦੋਂ ਤਾਤਰਕ ਹਮਲ ਹੁੰਦਾ ਹੋਵੇ ਨਾ ਉਦੋਂ ਬਿਨਾ ਪੁੱਛੇ ਕਦੇ ਵੀ ਹੂੰ ਵੀਡੀਓ ਨਹੀਂ ਬਣਾਉਣੀ। ਅੱਛਾ ਉਹ ਵੀਡੀਓ ਜਿੱ ਕੈਦ ਹੋ ਗਿਆ। ਹਾਂ। ਹੂੰ। ਪਾਇਆ ਵਾ YouTube ਤੇ ਮੇਰਾ ਜੀ। ਅੱਛਾ। ਹਾਂ। ਇਹੜੇ ਤੁਸੀਂ ਹੁਣ ਪੰਜਾਬ ਚ ਅਕਸਰ ਕਿੰਨੇ ਕੈਸੇ ਲੋਕ ਨੇ ਜਿਹੜੇ ਇਹ ਇਸ ਇਸ ਜਿਹੜੀ ਹੈਗੀ ਭੂਤ ਪ੍ਰੇਤ ਜਾਂ ਪਛਾਤ ਚ ਵੱਧਾ ਤਪੀੜਤ ਨੇ ਅਕਸਰ ਲੋਕਾਂ ਦਾ ਇਹ 100 ਚੋਂ 90 95% ਤੁਹਾਡੇ ਕੋਲ ਆਦੇ ਨੇ ਅਕਸਰ ਲੋਕ ਆਉਂਦੀ ਹੈ ਦੁਨੀਆ ਜੀ ਜਿਹੜਾ ਵੇਖੋ ਬੈਂਸਾ ਜਿਹੜੇ ਦੁਖੀ ਹੈ ਨਾ ਉਹਨੇ ਜਾਣਾ ਹੈ ਜੀ ਹਮ ਜਦੋਂ ਬੰਦੇ ਨੂੰ ਲੋਡ ਹੈ ਨਾ ਜੀ ਉਹਨੇ ਜਾਣਾ ਕਿਸੇ ਤੋਂ ਲੁੱਕ ਕੇ ਆਵੇ ਛਿਪ ਕੇ ਆਵੇ ਜਾਂ ਉਹ ਸਿੱਧਾ ਆਵੇ ਹਣ ਤੇ ਕਾਲ ਯੁਗ ਦਾ ਦੌਰ ਹੈ ਜੀ ਤੇ ਇਹ ਚੀਜ਼ਾਂ ਦਾ ਜੋਰ ਹੂੰ ਜ਼ਿਆਦਾ ਹੈ ਹੂੰ ਤਰਕਸ਼ੀ ਦੀ ਸਟਡੀ ਵਾਲੇ ਕਹਿੰਦੇ ਆ ਕਿ ਇਹ ਜਿਹੜੇ ਲੋਕ ਇਦਾਂ ਹਰਕਤਾਂ ਕਰਦੇ ਨੇ ਪਾਗਲਪਨ ਦੀਆਂ ਕੈਫੀਅਤ ਤੇ ਜਾਂਦੇ ਨੇ ਜਾਂ ਪਾਗਲਪੰਗ ਨੂੰ ਜਾਂਦੇ ਨੇ ਉਹ ਮਾਨਸਿਕ ਰੋਗੀ ਹੁੰਦੇ ਨੇ ਨਹੀਂ ਸਾਰੇ ਹੀ ਮਾਨਸਿਕ ਰੋਗੀ ਨਹੀਂ ਹੁੰਦੇ ਹੂੰ ਮੈਂ ਤਰਕਸ਼ੀ ਲਾਲਾ ਨਾਲ ਵੀ ਸਹਿਮਤ ਹਾਂ ਕਿਉਂਕਿ ਜਿਵੇਂ ਮੈਂ ਦੱਸਿਆ ਨਾ ਕਿ ਵੀ ਸਾਰਿਆਂ ਦੇ ਮਗਰ ਚੀਜ਼ਾਂ ਨਹੀਂ ਹੁੰਦੀਆਂ ਹੂੰ ਕਈ ਆਏ ਹੁੰਦਾ ਵੀ ਘਰ ਦੇ ਕੰਮ ਤੋਂ ਚੱਲਦੇ ਵੀ ਇਹ ਕੰਮ ਕਰਨ ਲੱਗ ਜਾਂਦੇ ਆ। ਅੱਛਾ ਮੇਰੇ ਚ ਚੀਜ਼ ਆ ਗਈ। ਅੱਛਾ। ਡਰਾਮਾ ਹਾਂ ਡਰਾਮਾ। ਫਿਰ ਅਸੀਂ ਉਹਨਾਂ ਨੂੰ ਸਮਝਾ ਵੀ ਦੇਈਦਾ ਵੀ ਕਾਕਾ ਤੇਰੇ ਚ ਚੀਜ਼ ਤਾਂ ਕੋਈ ਹੈ ਨਹੀਂਗੀ। ਹੂੰ। ਤੇ ਤੇਰਾ ਇੰਨਾ ਕੁ ਭਰਮ ਅਸੀਂ ਰੱਖ ਲੈਨੇ ਵੀ ਤੂੰ ਬੰਦਾ ਬਣ ਜਾ। ਅੱਛਾ ਸਮਝਾ ਵੀ ਦੇਣੀ ਤੁਸੀਂ। ਹਾਂ ਹਾਂ ਵੀ ਨਹੀਂ ਫਿਰ ਤੇਰੇ ਪਰਿਵਾਰ ਨੂੰ ਅਸੀਂ ਕਹਿ ਦਾਂਗੇ ਭਾਈ ਚੀਜ਼ ਤੇ ਇਹ ਚ ਕੁਝ ਨਹੀਂਗਾ। ਹੂੰ। ਤੁਸੀਂ ਜਾਣ ਕੇ ਕਰਦਾ। ਇਹ ਜ਼ਿਆਦਾਤਰ ਮੁੰਡਿਆਂ ਦੀ ਕੈਫੀ ਤਾਂ ਕਿ ਕੁੜੀਆਂ ਦੀ ਕੈਫੀ ਇਹ ਤਾਂ ਜੀ। ਅ ਨਹੀਂ ਮੁੰਡੇ ਘਟ ਆ। ਅੱਛਾ। ਤੇ ਜਿਹੜੀਆਂ ਵਿੰਜਾਂ ਵਰਗੀਆਂ ਬੀਬੀਆਂ ਉਹਨਾਂ ਦੀ ਥੋੜੀ ਜਿਹੀ ਜ਼ਿਆਦਾ ਨਵੀਆਂਵੇਂ ਹੀ ਆ ਨਵੀਆਂ 5 5 ਲਾ ਲੋ ਜਾ ਉਹ ਅੱਛਾ ਉਹ ਹੈ ਬੀਬੀਆਂ ਹੀ ਥੋੜਾ ਜ਼ਿਆਦਾ ਮਤਲਬ ਕਰਦੇ ਕੰਮ ਤੋਂ ਮਤਲਬ ਟਾਲਾ ਕਰਦੇ ਕੰਮ ਤੋਂ ਜਾਂ ਵੀ ਮੈਨੂੰ ਪੇਕੇ ਨਹੀਂ ਜਾਣ ਦਿੰਦੇ ਹੂੰ ਇਹ ਤਾਂ ਮੈਨੂੰ 3 ਮਹੀਨੇ ਉਹ ਜਾਣ ਹੀ ਨਹੀਂ ਦਿੰਦੇ ਤੇ ਫਿਰ ਉਹਨਾਂ ਚ ਕਈ ਵਾਰੀ ਚੀਜ਼ ਆ ਜਾਂਦੀ ਹੈ ਡੁਪਲੀਕੇਟ ਹਾਂ ਅੱਛਾ ਫਿਰ ਤੁਹਾਡੇ ਕੋ ਤੁਹਾਡੇ ਕੋ ਲੈ ਕੇ ਆਦੇ ਉਹਨਾਂ ਨੂੰ ਹਾਂ ਫਰੋਕ ਆਏ ਨਾ ਵੀ ਜਿਹੜਾ ਆਪਣੇ ਨੇੜੇ ਉਹ ਆਪਣੇ ਕੋਲੇ ਆਉਂਦਾ ਜਾਂ ਆਪਣਾ ਕੋਈ ਸਜਣ ਬਤਰਾ ਤੇ ਫਿਰ ਜਿਹਦਾ ਜਿੱਥੇ ਕੋਈ ਸੰਤ ਮਹਾਂਪੁਰਸ਼ ਹੈਗੇ ਬਦਲ ਜਾਂਦਾ ਹੈ ਬਾਬਿਆਂ ਕੋਲੇ ਚਲਦੇ ਆਂ ਚੀਜ਼ ਆ ਗਈ ਹੂੰ ਤੋ ਤਕਰੀਬਨ ਬਾਬੇ ਨੂੰ ਪਤਾ ਹੀ ਹੁੰਦਾ ਚੀਜ਼ ਦਾ ਪਤਾ ਲੱਗ ਜਾਂਦਾ ਵੀ ਚੀਜ਼ ਰੀਅਲ ਹੈ ਕਿ ਜਾਂ ਨਹੀਂ ਹੈਗੀ ਅੱਛਾ ਤੁਹਾਨੂੰ ਪਤਾ ਲੱਗ ਜਾਂਦਾ ਇਸ ਚੀਜ਼ ਦਾ ਬਿਲਕੁਲ ਮਾੜੇ ਜਿਹਾ ਨਹੀਂ ਪਤਾ ਲੱਗ ਜਾਂਦਾ ਜੀ ਅੱਛਾ ਵੀ ਚੀਜ਼ ਤੇ ਦਾਅਵਾ ਹੈਗਾ ਕਿ ਜਾਣ ਕੇ ਕਰਦਾ ਅੱਛਾ ਤੇ ਫਿਰ ਸਾਨੂੰ ਵੀ ਉਹ ਥੋੜਾ ਜਿਹਾ ਭਰਮ ਤਾਂ ਰੱਖਣਾ ਪੈਂਦਾ ਹੂੰ ਉਹਨੂੰ ਸਮਝਾ ਦਈਦਾ ਪਾਸੇ ਕਰਕੇ ਹੂੰ ਇਹ ਕਾਕਾ ਬੰਦਾ ਬਣ ਜਾ ਤੇਰੇ ਚ ਕੁਛ ਨਹੀਂ ਹੈ ਅਬ ਜੀ ਹੂੰ ਸਹੀ ਹੈ ਅਜਾ ਕੁਛ ਨਹੀਂਗਾ ਤੇ ਪਰ ਕਈਆਂ ਦੇ ਵਿੱਚ ਹੈ ਵੀ अच्छा हां वो पागल ਹੋ ਜਾਂਦੇ ਨੇ पागल ਵੀ ਹੋ ਜਾਂਦੇ ਆ ਕਈ ਸਾਧਨਾ ਕਰਦੇ ਆ ਜਿਵੇਂ ਸਿਲੇ ਕੱਢਣ ਲੱਗ ਜਾਂਦੇ ਆ ਹੂੰ ਬਿਨਾ ਗੁਰੂ ਦੀ ਮਦਦ ਤੋਂ ਹੂੰ ਹੋਰ ਨੇ ਕਿਤਾਬ ਪੜ੍ਹੀ ਕੋਈ ਇੰਦਰਜਾਲ ਵਗੈਰਾ ਪੜ੍ਹ ਲਿਆ ਜਾਂ ਹੋਰ ਕੋਈ ਵੀ ਇਲਮ ਦੀ ਕਿਤਾਬ ਪੜ੍ਹੀ ਤੇ ਜਾ ਕੇ ਸਲਾਹ ਕੱਢਣਾ ਸ਼ੁਰੂ ਕਰਤਾ ਤੇ ਉਹ ਫਿਰ ਜਦੋਂ ਸੰਭਾਲਣ ਵਾਲਾ ਤਾਂ ਕੋਈ ਬੈਕ ਲੈਣ ਵਾਲਾ ਨਹੀਂ ਹੁੰਦਾ ਮਗਰ ਹੂੰ ਤੇ ਉਹ ਜਿਆਦਾ ਜਦੋਂ ਉੱਠ ਕੇ ਭਾਈਦਾ ਹੂੰ ਉਹਦਾ ਮਣਕਾ ਭੱਜ ਜਾਣਾ ਅੱਛਾ ਜਾਂ ਫਿਰ ਪਾਗਲ ਹੋ ਜਾਂਦਾ ਕਈ ਵਾਰੀ ਆਮ ਆਪਾਂ ਦੇਖਿਆ ਸੜਕਾਂ ਤੇ ਨਰੀਖਣ ਕਰਕੇ ਵੇਖੋ ਹੁਣ ਤੁਸੀਂ ਹੂੰ ਬਾਜ਼ਾਰਾਂ ਦੇ ਵਿੱਚ ਜਾਂ ਸੜਕ ਤੇ ਬੰਦਾ ਗਾਲਾਂ ਕੱਢਦਾ ਤੁਰਿਆ ਜਾਂਦਾ ਹੁੰਦਾ ਤੈਨੂੰ ਉਹ ਤੈਨੂੰ ਉਹ ਕਿੱਧਰ ਜਾਣਿਆ ਕੀ ਐ ਆਪਾਂ ਨੂੰ ਲੱਗਦਾ ਕਿ ਪਾਗਲ ਹੂੰ ਪਰ ਇਹ ਜ਼ਿਆਦਾਤਰ ਉਹ ਧੱਕਾ ਵੱਜਣ ਵਾਲੇ ਹੁੰਦੇ ਆ ਉਹਨਾਂ ਨੂੰ ਚੀਜ਼ਾਂ ਦੀਆਂ ਦੀਆਂ ਹੁੰਦੀਆਂ ਅੱਛਾ ਤੇ ਆਮ ਬੰਦੇ ਨੂੰ ਚੀਜ਼ ਦੀਆਂ ਦੀਆਂ ਨੂੰ ਉਹ ਪਾਗਲ ਲੱਗਦਾ ਹੂੰ ਪਰ ਉਹ 90 95% ਪਾਗਲ ਨਹੀਂ ਹੁੰਦੇਗੇ ਉਹਨਾਂ ਨੂੰ ਧੱਕਾ ਵੱਜਿਆ ਹੁੰਦਾ ਅੱਛਾ ਮਲਬੜਨ ਛੇਲਾ ਕੱਢਿਆ ਹੁੰਦਾ ਪੂਰਾ ਪੂਰਾ ਨਹੀਂ ਹੋਇਆ ਹੁੰਦਾ ਬਿਲਕੁਲ ਹੁਣ ਤੁਸੀਂ ਇਸੇ ਗੱਲ ਦੇ ਵਿੱਚ ਜ਼ਿਕਰ ਕੀਤਾ ਕਿ ਇੰਦਰਜਾਲ ਕਿਤਾਬ ਦਾ ਸ਼ਾਇਦ ਤੁਸੀਂ ਜ਼ਿਕਰ ਇਸ ਕਾਲੇ ਲਮ ਤੇ ਕਿਤਾਬਾਂ ਵੀ ਸ਼ਾਇਆ ਆਈਆਂ ਜੀ ਬਹੁਤ ਸੀਆਂ ਅੱਛਾ ਬਹੁਤ ਸੀਆਂ ਅੱਛਾ ਹਾਂ ਹੁਣ ਇੱਕ ਗ੍ਰੰਥ ਹੈ ਨੀਲਾਵਤੀ ਅੱਛਾ ਨੀਲਾਵਤੀ ਹਾਂ ਤੇ ਉਹ ਤਕਰੀਬਨ ਅੱਜ ਤੱਕ ਕਿਸੇ ਨੇ ਸੰਪੂਰਨ ਨਹੀਂ ਪੜਿਆ ਤਾਂ ਜਿਹਨੇ ਪੜਿਆ ਉਹ ਹਰੀਆਲੀ ਉਹਦੀ ਮੌਤ ਹੋ ਗਈ ਹਾਂ ਉਹਦੇ ਚਿੱਤ ਕੀ ਖਾਸियत ਹੈ ਜੀ ਨੀਲਾਵਤੀ ਦੀ ਵੇਖੋ ਜਿਸ ਕਿਸੇ ਨੇ ਪੜਿਆ ਹੀ ਨਹੀਂ ਜਿਹੜਾ ਪੜਿਆ ਤੇ ਉਹ ਦੱਸਣ ਜੋਗਾ ਹੀ ਨਹੀਂ ਰਿਹਾ। ਅੱਛਾ ਉਹ ਹੈ ਸਭ ਕਾਲੀ ਵਿਦਿਆ ਤਾਂ ਹੀ ਹੈ। ਅੱਛਾ ਆ ਮਿਲ ਜਾਂਦਾ ਆ ਮਕਤਾਬਾਂ ਦੀ ਦੁਕਾਨ ਤੋਂ ਇਹ। ਨਹੀਂ ਆਪਣੇ ਤਾਂ ਨਹੀਂ ਇਧਰੋਂ ਮਿਲ ਜਾਊਗਾ ਬੰਗਾਲ ਸਾਈਡ ਤੋਂ। ਅੱਛਾ ਹੂੰ ਆਪਣੇ ਮੰਗਾਲਾ ਹੈ ਤਾਂ ਮਿਲ ਸਕਦਾ। ਨਹੀਂ ਪਰ ਉਹ ਭਾਸ਼ਾ ਕਿਵੇਂ ਸਮਝਾਂਗੇ? ਨਹੀਂ ਹਿੰਦੀ ਚ ਹੈਗਾ ਟਰਾਂਸਲ। ਅੱਛਾ ਹਿੰਦੀ ਚ ਹੈਗਾ। ਹਾਂ। ਅੱਛਾ ਮੈਂ ਤੁਸੀ ਪੜਿਆ ਨਹੀਂ ਲਾਵਾ ਤੀਓ। ਨਹੀਂ ਮੈਂ ਸੰਪੂਰਨ ਨਹੀਂ ਪੜਿਆ। ਅੱਛਾ ਐਵੇਂ ਤੁਹਾਨੂੰ ਕਹਿ ਦਿਆਂ। ਜਿਹੜੀ ਚੀਜ਼ ਨਹੀਂ ਪੜੀ ਨਹੀਂ ਪੜੀ। ਹੂੰ। ਤੇ ਪਰ ਉਹ ਗ੍ਰੰਥ ਬਹੁਤ ਹੈ ਜਿਵੇਂ 라ਵਣ ਸਾਹਿਤਾ 라ਵਣ ਸਾਹਿਤਾ 라ਵਣ ਸਾਹਿਤਾ ਕਾਫੀ ਮੋਟਾ ਗ੍ਰੰਥ ਹੈ ਹੂੰ ਉਹਦੇ ਚ ਤਾਂਤਰਕ ਬਾਰੇ ਵੀ ਹੈ ਤੇ ਆਯੁਰਵੈਦਕ ਬਾਰੇ ਵੀ ਹੈ ਹੂੰ ਰਿਧੀਆਂ ਸਿਧੀਆਂ ਬਾਰੇ ਵੀ ਹੈ ਹੂੰ ਜਿਵੇਂ ਇੰਦਰਜਾਲ ਤੇ ਇਹ ਕਾ ਬਹੁਤ ਸੇ ਗ੍ਰੰਥ ਹੈ ਜੀ ਹੂੰ ਸਾਡੇ ਕੋਲ ਉਹਦਾ ਹੱਥ ਲਿਖਤਾ ਵੀ ਪੰਜਾ ਸਾਡੇ ਗੁਰੂਆਂ ਦੀਆਂ ਨਾ ਕਰੀਬਨ 4-500 ਸਾਲ ਪੁਰਾਣੀਆਂ ਹੱਥ ਲਿਖਤਾ ਸਾਡੇ ਕੋਲੇ ਪੰਜਾ ਜੇ ਕਿਤੇ ਸਮਾਂ ਮਿਲਿਆ ਤਾਂ ਤੁਹਾਨੂੰ ਦਿਖਾਵਾਂਗੇ ਓਕੇ గ్రంథ પ્રાણે ਹੱਥ ਲਿਖਤ ਪਏ ਤੁਸੀਂ ਦੱਸਿਆ ਤੁਸੀਂ ਤੁਹਾਡੇ ਤਿੰਨ ਬੱਚੇ ਨੇ ਤੁਹਾਡੇ ਹਾਂਜੀ ਹੈ ਨਹੀਂ ਤੇ ਕਦੀ ਘਰ ਦੇ ਵਿਰੋਧ ਨਹੀਂ ਕਰਦੇ ਵੀ ਕਿਹੜੇ ਕੰਮਾਂ ਨੂੰ ਤੁਰਪਿਆ ਭਾਈ ਘਰ ਦੇ ਵਿਰੋਧ ਆਏ ਜੇ ਹੁਣ ਲੱਗੇ ਹੋਈਏ ਤਾਂ ਹੈ ਜੀ ਜਦੋਂ ਬਚਪਨ ਚ ਇਸ ਸੀ ਸਾਡੇ ਬਜ਼ੁਰਗ ਵੀ ਇਸ ਚ ਮੇਰੇ ਜਿਹੜੇ ਨਾਨਾ ਜੀ ਸੀ ਉਹ ਵੀ ਕਾਲੇ ਜਲਮ ਦੇ ਬਹੁਤ ਤਕੜੇ ਧਨੰਤਰ ਸੀ ਜੋਤਿਸ਼ੀ ਸੀ ਬਹੁਤ ਤਕੜੇ ਸਾਡੇ ਪੀੜੀ ਦਾ ਪੀੜੀ ਹੈ ਜਦ ਚ ਹੀ ਤੁਰਿਆ ਆਉਂਦਾ ਜੀ ਅੱਛਾ ਮੇਰਾ ਬੱਚਾ ਤਕਰੀਬਨ ਹੁਣ 22 23 ਸਾਲ ਦਾ ਹੂੰ ਤੋ 8 ਸਾਲ ਦਾ ਸੀ ਜਦੋਂ ਮਾਣ ਨੂੰ ਸਮਸ਼ਾਨ ਘਾਟ ਚ ਕੱਲੇ ਨੂੰ ਬਾਤਾ ਸੀ ਦਵਾਲੀ ਦੀ ਰਾਤ ਨੂੰ ਲੱਜਾ ਤੇ 8 ਸਾਲ ਦੇ ਬੱਚੇ ਨੂੰ ਹਾਂ ਦਵਾਲੀ ਦੀ ਰਾਤ ਨੂੰ ਬਾਤਾ ਸੀ ਦਵਾਲੀ ਦੀ ਰਾਤ ਨੂੰ ਬਾਤਾ ਸੀ ਹੂੰ ਤੋ ਹੁਣ ਕੰਮ ਕਰਦਾ ਸਾਰਾ ਸਾਰੀ ਵਿਦਿਆ ਮਾਣ ਨੂੰ ਦਿੱਤੀ ਹੈ ਅੱਛਾ ਤੁਹਾਡੇ ਤੁਹਾਡੇ ਬੇਟੇ ਨੂੰ ਵੀ ਇਹ ਸਾਰਾ ਕੰਮ ਹੋ ਗਿਆ ਤੇਨੂੰ ਗਾਂ ਦਿੱਤੀ ਵਿਦਿਆ ਅੱਛਾ ਪੀੜੀ ਦਰ ਪੀੜੀ ਸਾਡੇ ਬਲੱਡ ਜੀ ਤੁਰਿਆ ਆਉਂਦਾ ਜੀ ਅੱਛਾ ਹਾਂ ਆਪਣਾ ਦਰਬਾਰ ਹੈ ਸ਼ਿਵ ਸ਼ਕਤੀ ਧਾਮ ਤੇ ਤਕਰੀਬਨ ਮੈਂ ਨਾ ਹੋਵਾਂ ਤੋ ਬੇਟਾ ਕਰਦਾ ਸੇਵਾ ਸੰਗਤੀ ਸਾਰੀ ਹੂੰ ਹੂੰ ਇਦਿਨੇ ਕੋ ਰਿੱਦਿ ਸਿੱਧੀਆਂ ਵੀ ਕਰਨੇ ਪੈਣੀਆਂ ਫਿਰ ਰਿੱਦਿ ਕੰਮ ਹੀ ਰਿੱਦਿ ਕਾ ਸਿੱਧੀਆਂ ਰਾਜੀ ਸਾਰਾ ਏ ਹਾਂ ਜੇ ਕੋਈ ਸਿਲਾ ਕਟਣਾ ਜਾਂ ਕੋਈ ਸਿੱਧੀ ਕਰਨੀ ਹੈ ਜਿਵੇਂ ਹੁਣ ਤੁਸੀਂ ਰਿੱਧੀਆਂ ਸਿੱਧੀਆਂ ਕਹਤਾ ਹਮ ਸਾਰਾ ਕੁਛ ਹੀ ਕਰਨਾ ਪੈਂਦਾ ਹਮ ਸਾਡੀ ਵਿੱਦਿਆ ਇਹ ਸ਼ਮਸ਼ਾਨ ਘਾਟ ਬਹਿ ਕਰਨੇ ਸ਼ਮਸ਼ਾਨ ਘਾਟ ਤੇ ਵੀ ਜਾਣਾ ਪੈਂਦਾ ਸੋਨ ਸ਼ਾਨ ਵੀ ਜਾਣਾ ਪੈਂਦਾ ਪਾਣੀ ਦੇ ਕੰਡੇ ਜਿਵੇਂ ਵੱਡੀਆਂ ਨਹਿਰਾ ਫਰੀਦਕੋਟ ਵਾਲਿਆਂ ਪੰਜਾਬ ਦੇ ਵਿੱਚ ਬਹੁਤ ਵਧੀਆ ਵਗਦੀਆਂ ਉਹਨਾਂ ਦੇ ਕੰਢੇ ਜਾਂ ਦਰਿਆ ਦੇ ਕੰਢੇ ਹੁਣ ਪਿੱਛੇ ਜੇ ਮੈਂ ਮਗਰਲੇ ਹਫ਼ਤੇ ਕਾਲੀਨਾਥ ਕਲੇਸ਼ਵਰ ਹਿਮਾਚਲ ਕਾਂਗੜਾ ਡਿਸਟ੍ਰਿਕਟ ਉੱਥੇ ਬਿਆਸ ਦਰਿਆ ਦੇ ਕੰਢੇ ਬਹਿ ਕੇ ਰਬ ਰਬ ਕਰਕੇ ਆਇਆ ਤੇ ਸਾਨੂੰ ਜਾਣਾ ਹੀ ਪੈਂਦਾ ਜਿਵੇਂ ਅਸਾਮ ਦੇ ਵਿੱਚ ਕਮੱਖਿਆ ਦੇਵੀ ਮੰਦਿਰ ਹੈ ਤੇ ਤਕਰੀਬਨ ਭਾਰਤ ਨਹੀਂ ਕਹੂੰਗਾ ਮੈਂ ਵਰਲਡ ਤੋਂ ਹੀ ਕਹੂੰਗਾ ਹੂੰ ਵੀ ਹੋਰ ਵੀ ਦੇਸ਼ ਦੁਆਰਾ ਦਾ ਤੋਂ ਦੂਰੋ ਦੂਰੋ ਜਿਹੜੇ ਤਾੰਤਰ ਕੈਸ ਲੈਨ ਨਾਲ ਰਿਲੇਟਡ ਹੈ ਹੂੰ ਤੋਂ ਬੰਦੇ ਉੱਥੇ ਆਉਂਦੇ ਆ ਕਮੱਖੇ ਦੇ ਵੀ ਤੇ ਸਤਿਅੱਖੇ ਦੇ ਵੀ ਹੂੰ ਤਾੰਤਰਕਾਂ ਦੀ ਮਾਂ ਜੀਓ ਅੱਛਾ ਹਾਂ ਉੱਥੇ ਆਮ ਬੰਦਾ ਨਹੀਂ ਜਾ ਸਕਦਾ ਫਿਰ ਨਹੀਂ ਜਾਂਦੇ ਸਭ ਦਰਸ਼ਨ ਕਰਦੇ ਆ ਪਰ ਉਹ ਗੱਲ ਆਏ ਆ ਜਿਵੇਂ ਇੱਕ ਇੱਕ ਸ਼ੋਰੂਮ ਹੈ ਹੂੰ ਹੁਣ ਉਹਦੇ ਚ ਹਰ ਇੱਕ ਪ੍ਰਕਾਰ ਦਾ ਸਮਾਨ ਪਿਆ ਹੂੰ ਜਿਹਨੂੰ ਜੋ ਚਾਹੀਦਾ ਉਹਨੇ ਉਹ ਲੈ ਲੈਣਾ ਅੱਛਾ ਹਾਂ ਇਹ ਥੋੜਾ ਜਾਣਨਾ ਤੁਹਾਨੂੰ ਜ਼ਰੂਰੀ ਹੁੰਦਾ ਮਤਲਬ ਜ਼ਰੂਰੀ ਹੈ ਜੀ ਅੱਛਾ ਇੱਕ ਕਿੰਨੇ ਚਿਰ ਬਾਅਦ ਤੁਸੀਂ ਜਾਂਦੇ ਹੋ ਫੇਰ ਉੱਥੇ ਸਾਲ ਦੇ ਸਾਲ ਤਾਂ ਜਾਂਦਾ ਕਈ ਵਾਰੀ ਪਹਿਲਾਂ ਵੀ ਗੇੜਾ ਵੱਜ ਜਾਂਦਾ ਅੱਛਾ ਕਿਉਂਕਿ ਦੂਰੀ ਵਾਵਾ ਬਣ ਜਾਂਦੀ ਹੈ ਪੰਜਾਬ ਤੋਂ ਹੂੰ ਤਾਂ ਸਾਲ ਤੋਂ ਪਿੱਛੇ ਤਾਂ ਜਾਂਦਾ ਜਾਂਦਾ ਕਈ ਵਾਰੀ ਸਾਲ ਤੋਂ ਦੋ ਗੇੜੇ ਵੱਜ ਜਾਂਦੇ ਆ ਹੂੰ ਆਨੰਦ ਆਉਂਦਾ ਉੱਥੇ ਜਾ ਕੇ ਜਿਹੜੀ ਇੱਥੇ ਰਿਧੀ ਸiddhi ਆਪਣੀ ਇੱਕ ਜਾਂ ਦਿਨਾਂ ਚ ਜਾਂ 30 ਦਿਨਾਂ ਚ ਹੁੰਦੀ ਹੈ ਹੂੰ ਉਹ ਉੱਥੇ ਇੱਕ ਰਾਤ ਦੇ ਵਿੱਚ ਹੀ ਕੰਮ ਹੋ ਜਾਂਦਾ ਜੀ ਇਹ ਕੀ ਕਾਰਨ ਹੈ ਜੀ ਕਾਰਨ ਆਏ ਉਥੇ એનર્ਜੀ ਬਹੁਤ ਹੈ ਜੀ ਅੱਛਾ ਮਾਤਾ ਜੀ ਹਾਂ ਓਕੇ ਉਥੇ એનર્ਜੀ ਇੰਨੀ ਕਿ ਹੈ ਦੇ ਵੀ ਆਪਾਂ ਹੁਣ ਚਾਰਜਰ ਲਾਉਨੇ ਆ ਕਈ ਛੋਟੇ ਚਾਰਚਰ ਉਹ ਘੰਟਾ 2 ਘੰਟੇ ਲਾਉਂਦੇ ਆ ਕਈ ਵੱਡੇ ਚਾਰਜਰ ਕੱਢਦੇ ਹੁਣ ਤੋ 10 ਮਿੰਟਾਂ ਚ ਬੈਟਰੀ ਫੁੱਲ ਕਰ ਦਿੰਦੇ ਹੂੰ ਉਹ 10 ਮਿੰਟਾਂ ਚ ਬੈਟਰੀ ਫੁੱਲ ਕਰਨ ਦੀ ਗੱਲ ਅੱਛਾ ਹਾਂ ਤੇ ਜੇ ਤੁਸੀਂ ਕਿਸੇ ਕਿਸੇ ਦਾ ਹਵਨ ਜਗ ਕਰਦੇ ਹੋ ਜਾਂ ਤੁਸੀਂ ਪਹਿਲਾਂ ਇੱਕ ਜ਼ਿਕਰ ਕੀਤਾ ਸੀ ਕਿਹੜਾ ਤੁਸੀਂ ਕਹਿੰਦੇ ਸੀ ਪ੍ਰੇਤ ਕੀ ਕਹਿੰਦੇ ਤੁਸੀਂ ਤ੍ਰੇਤ ਵਸੀਕਰਨ ਹਾਂ ਪ੍ਰੇਤ ਵਸੀਕਰਨ ਜਾਂ ਕੁਝ ਵੀ ਤੁਸੀਂ ਰਾਤ ਨੂੰ ਕਰਦੇ ਹੋ ਹਾਂ ਤੇ ਜਿਹੜੀਆਂ ਫਿਰ ਇਹ ਜਿਹੜੇ ਇਹ ਪ੍ਰੇਤ ਹੁੰਦੀਆਂ ਭੂਤਾਂ ਹੁੰਦੀਆਂ ਫਿਰ ਜਿਹੋ ਉਹਨਾਂ ਦੇ ਘਰ ਤੋਂ ਕੱਢ ਲੈਨੇ ਹੋ ਜੇ ਕਿਸੇ ਦੇ ਘਰ ਦੇ ਵਿੱਚ ਨੌਕਸ ਹੋਵੇ ਨਾ ਵੇਖੋ ਜੇ ਬੁਖਾਰ ਚੜਦਾ ਨਾ ਤੇ ਉਹਦੀ ਮੈਡੀਸਨ ਬਣੀਆ ਗੋਲੀ ਲੈ ਲਓ ਤੇ ਬੁਖਾਰ ਲਹਿ ਜਾਂਦਾ ਹੂੰ ਏਵੇਂ ਹੀ ਹੈ ਜੇ ਕਿਸੇ ਦੇ ਘਰ ਦੇ ਵਿੱਚ ਨੌਕਸ ਹੋਵੇ ਨਾ ਤੇ ਉਹ ਸਹੀ ਹੋ ਜਾਂਦਾ ਜੀ ਹੂੰ ਸ਼ੋਰ ਹੈ 100% ਪਰ ਹੋਵੇ ਹੂੰ ਜਿਵੇਂ ਮੈਂ ਅੱਗੇ ਕਿਹਾ ਵੀ ਕਿਸੇ ਨੇ ਵੈਸੇ ਹੀ ਕਹਤਾ ਉਹਨੇ ਕੰਮ ਤੋਂ ਡਰਦੇ ਨੇ ਉਹ ਨਹੀਂ ਹੂੰ ਪਰ ਨੌਕਸ ਹੋਵੇ ਤਾਂ 100% ਸਹੀ ਸਹੀ ਹੋ ਜਾਂਦਾ ਹੂੰ ਉਹਦੇ ਵਾਸਤੇ ਹਰ ਇੱਕ ਘਰ ਦੇ ਕੰਮ ਵਾਸਤੇ ਸਾਨੂੰ ਤਾਂਤਰਖ ਹਮਣ ਤੱਕਰ ਦੀ ਲੋੜ ਨਹੀਂ ਪੈਂਦੀ ਹੂੰ ਵੈਸੇ ਹੀ ਹੋ ਜਾਂਦਾ ਨਹੀਂ ਉੱਥੋਂ ਕੱਢ ਕੇ ਕਿਸੇ ਹੋਰ ਕਾਰਜ ਕਿੱਥੇ ਹੋਰ ਕਾਰਜ ਵਾੜ ਦਿੰਨੇ ਨਹੀਂ ਫਿਰ ਉਹੀ ਗੱਲ ਆ ਗਈ ਨਾ ਮੈਂ ਤੁਹਾਨੂੰ ਅੱਗੇ ਕਹਿ ਆ ਵੀ ਮਾੜਾ ਨਹੀਂ ਕਰਨਾ ਚਾਹੀਦਾ ਅੱਛਾ ਜੇ ਇੱਕ ਘਰੋਂ ਕੋਈ ਚੀਜ਼ ਨੂੰ ਆਪਾਂ ਪਾਸੇ ਕਰਦੇ ਆਂ ਬਦਰੂਦ ਨੂੰ ਤਾਂ ਉਹ ਨੂੰ ਇਹ ਕਿਹਾ ਜਾਂਦਾ ਵੀ ਇਹਨੂੰ ਨਹੀਂ ਤੰਗ ਕਰਨਾ ਇਹਦੇ ਬਲੈਡਰ ਰਿਲੇਸ਼ਨ ਤੇ ਕਰ ਵੀ ਨਹੀਂ ਤੰਗ ਕਰਨਾ ਹੂੰ ਤੁਸੀਂ ਕਿਤੇ ਹੋਰ ਬਸੇਰਾ ਕਰੋ ਹੂੰ ਬਥੇਰੀ ਧਰਤੀ ਪਈ ਹੈ ਹੂੰ ਫਿਰ ਆਪਦੇ ਆਪ ਚੱਲ ਜਾਂਦੇ ਹੋ ਕਈ ਤਾਂ ਆਪ ਦੀ ਆਪ ਚਲੇ ਜਾਂਦੇ ਤੇ ਕੰਨਿਆਂ ਨੂੰ ਫਿਰ ਬੇਨਤੀ ਕਰਕੇ ਸਾਨੂੰ ਛੱਡਣਾ ਵੀ ਪੈਂਦਾ ਅੱਛਾ ਕਿੱਥੇ ਛੱਡ ਗਿਆ ਨੇ ਫਿਰ ਉਹ ਫਿਰ ਹੁਣ ਆਉਣ ਕੈਮਰੇ ਸਾਰਾ ਕੁਝ ਦੱਸ ਗਏ। ਤੀਰਸਰਾਂ ਦੇ ਉੱਤੇ ਅੱਛਾ ਦੇਖੋ ਚੰਗੇ ਧਾਮ ਹੈ ਤੀਰਸ ਤਾਂ ਉਹਨਾਂ ਨੂੰ ਦਿੱਤਾ ਜਾਂਦਾ ਕਿ ਭਾਈ ਆ 2 ਕਿਲੋਮੀਟਰ ਦਾ ਘੇਰਾ ਤੁਹਾਡਾ ਕਿਸੇ ਨੂੰ ਤੰਗ ਨਹੀਂ ਕਰਨਾ। ਹੂੰ ਆਉਦਾ ਇੱਥੇ ਆਉਦੀ ਐਸ਼ ਕਰੋ ਜਿਹੜੀ ਜਨਹਿੰਦੀ ਜ਼ਿੰਦਗੀ ਨੂੰ ਬਤਾਓ। ਹੂੰ ਬਹੁਤ ਸਾਰੇ ਜਿਹੜੇ ਪੰਡਤ ਨੇ ਇਸ ਵਿਦਿਆ ਦੇ ਨਾਲ ਜਿਹੜੇ ਪੰਡਤ ਨੇ ਹਾਂਜੀ ਹਵਨ ਕਰਦੇ ਨੇ ਜਾਂ ਭਵਿਸ਼ਿਆ ਦੱਸਦੇ ਨੇ ਨਾ ਹਾਂਜੀ ਉਹ ਇਸ ਇਸ ਵਿਦਿਆ ਦੇ ਨਾਲ ਬਹੁਤ ਸਾਰੇ ਜਿਹੜੇ ਬਣ ਗਏ ਨੇ ਤੁਹਾਡੇ ਤਾਂਤਰ ਕੀ ਜਿਹੜਾ ਵਿਦਿਆ ਤੁਹਾਡੀ ਇਹਦੇ ਵਿੱਚ ਕਿੰਨਾ ਕੁ ਪੈਸਾ ਪੈਸਾ ਹੈਗਾ ਜੀ ਇਹਦੇ ਵਿੱਚ ਮੇਰੇ ਸ਼ਾਗਿਰਦ ਹੈਗੇ ਆ ਜੀ ਉਹਨਾਂ ਕੋਲ ਵੀ ਚੰਗੀਆਂ ਗੱਡੀਆਂ ਹੈਗੀਆਂ ਅੱਛਾ ਤੇ ਪਰ ਮੈਂ ਇਹਦੇ ਚੋਂ ਬਣਾਇਆ ਕੁਝ ਨਹੀਂ ਜਿਹੜੇ ਮੇਰੇ ਨੇੜੇ ਵਾਲੇ ਬੰਦੇ ਆ ਉਹਨਾਂ ਨੂੰ ਪਤਾ ਹੂੰ ਕਿਉਂਕਿ ਇਹ ਲੈਣ ਫਕੀਰੀ ਦੀ ਹੈ ਹੂੰ ਜਦੋਂ ਬੰਦਾ ਕਿਸੇ ਸਾਧੂ ਸੰਤ ਕੋਲ ਜਾਂਦਾ ਨਾ ਪਹਿਲਾਂ ਹੀ ਮਰ ਕੇ ਜਾਂਦਾ ਹੂੰ ਨੁੱਚੜ ਕੇ ਜਾਂਦਾ ਨਹੀਂ ਬੋ ਹੂੰ ਤੇ ਜੇ ਉਹਨੂੰ ਆਏ ਨੂੰ ਮਰੇ ਨੂੰ ਹੋਰ ਮਾਰਨਾ ਤੇ ਮੇਰੇ ਹਿਸਾਬ ਨਾਲ ਅਨੁਸਾਰ ਨਹੀਂ ਹਤ ਨਹੀਂ ਹੂੰ ਇੱਕ ਭਲੇ ਦੀ ਲੈਣਾ ਹੂੰ ਅੱਗੇ ਨਾ ਅੱਜ ਤੋਂ ਕੋਈ ਤੀ 40 ਸਾਲ ਪਹਿਲਾਂ ਜਿਹੜੇ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਤਾਂ ਉਹ ਸੰਤ ਮਹਾਪੁਰਸ਼ ਕੋਲ ਕਿਸੇ ਕੋਲ ਚਲ ਜਾਂਦੇ ਸੀ ਲੋਕ ਹੂੰ ਵੀ ਬਾਬਾ ਜੀ ਸਾਡੇ ਘਰ ਦੇ ਜਿਹੜੇ ਲੱਛਣ ਉਹ ਸਹੀ ਨਹੀਂਗੇ ਹੂੰ ਨਿਗਾਹ ਮਾਰੋ ਹੂੰ ਤੇ ਉਸ ਟਾਈਮ ਤੇ ਜਿਹੜੇ ਸਾਧੂ ਸੰਤ ਸੀ ਉਹ ਵੀ ਸਾਡੇ ਨਾਲ ਚੰਗੇ ਸੀ ਹੂੰ ਤੇ ਉਹ ਭਲਾ ਕਰ ਦਿੰਦੇ ਸੀ ਅੱਜ ਕੱਲ ਜਿਹੜੀ ਸਾਡੀ ਲਾਈਨ ਹਨ ਉਹ ਵੀ ਦੁਕਾਨਦਾਰੀਆਂ ਬਣ ਗਈਆਂ ਹੂੰ ਈਨੇ ਪੈਸੇ ਰੱਖਦੇ ਕੰਮ ਕਰਾ ਲਾ ਨਹੀਂ ਆਏ ਨਹੀਂ ਚਾਹੀਦਾ ਹਾਂ ਜੋ ਸਮਾਨ ਚਾਹੀਦਾ ਅਗਲੇ ਨੂੰ ਕਹਿ ਦੋ ਵੀ ਆਹ ਸਮਾਨ ਲੱਗੂਗਾ ਭਾਈ ਲਿਆ ਤੇਰੇ ਸਾਹਮਣੇ ਸੜ ਕੇ ਖਮਣ ਕਰਕੇ ਸਵਾਹ ਕਰ ਦਿੰਨੇ ਤੇ ਜੇ ਤੇਰਾ ਫਾਇਦਾ ਨਾ ਹੋਇਆ ਤੇ ਜਿੰਨੇ ਪੈਸੇ ਲੱਗੇ ਪੈਸੇ ਮੇਥੋਂ ਲੈ ਜੀ ਵਾਹ ਫਿਰ ਤਾਂ ਨਾ ਸਵਾਦ ਕੰਮ ਕਰਨ ਦਾ ਤੇ ਜੇ ਅਗਲੇ ਨੂੰ ਅਨਸਾਰ ਉਹਦਾ ਗਲਮਾ ਫੜ ਲਓ ਵੱਟ ਲੋ ਨੂੰ ਮਰੇ ਨੂੰ ਮਾਰ ਦੋ ਉਹਦਾ ਕੀ ਫਾਇਦਾ ਖਾਣ ਜਾਂ ਤਾਂ ਦੋ ਰੋਟੀਆਂ ਹੀ ਆ ਬੈਸਾ ਹੋਰ ਕੁਛ ਨਹੀਂ ਇੱਥੇ ਫਕੀਰੀ ਹੈ ਤੁਸੀਂ ਜਕਰ ਕੀਤਾ ਕਿ ਤੁਹਾਡਾ ਇੱਕ ਸ਼ਿਵ ਸ਼ਕਤੀ ਧਾਮ ਹੈ ਹਾਂ ਜੀ ਇਹ ਕਿਹੜੀ ਜਗਾ ਜੀ ਇਹ ਸ਼ਿਵ ਸ਼ਕਤੀ ਧਾਮ ਮੋਗਾ ਜੀ ਅੱਛਾ ਨਾਲ ਹੀ ਮੋਗੇ ਦੀ ਜਮਾ ਬਗਲ ਦੇ ਵਿੱਚ ਪਿੰਡ ਆ ਤਲਵੰਡੀ ਪੰਗੇਰੀਆਂ ਤਲ ਤਲਵੰਡੀ ਪੰਗੇਰੀਆਂ ਹਾਂ ਤੇ ਉਸ ਜਗ੍ਹਾ ਤੇ ਆਪਣਾ ਭੋਲੇ ਨਾਖ ਦਾ ਦਰਬਾਰ ਸ਼ਿਵ ਸ਼ਕਤੀ ਧਾਮ ਮੋਗਾ ਤੇ ਆਪਣਾ YouTube ਚੈਨਲ ਵੀ ਹੈ ਅੱਛਾ ਸ਼ਿਵ ਸ਼ਕਤੀ ਧਾਮ ਮੋਗਾ ਹੂੰ ਜੁਰੂਰ ਕਰੇ ਮੈਂ ਅੱਗੇ ਤੁਹਾਨੂੰ ਕੈਸੀ ਨਾ ਵੀਡੀਓ ਪਾਈ ਹੈ ਉਹਦੇ ਤੇ ਪਾਈ ਹੈ ਅੱਛਾ ਉਸ ਵੀ ਉੱਤੇ ਤੁਹਾਡੇ ਚੈਨਲ ਦੀ ਵੀਡੀਓ ਪਾਈ ਹੈ ਹਾਂ ਜੀ ਹਾਂ ਜੀ ਓਕੇ ਉਹ ਜਦੋਂ ਤੁਸੀਂ ਹੁਣ ਮੈਂ ਇਹ ਤੁਹਾਡੇ ਕੋ ਜਿਹੜੇ ਹਵਾਂ ਨੂੰ ਲੋਕੀ ਕਰਵਾਉਂਦੇ ਨੇ ਹਾਂਜੀ ਆ ਭੂਤ ਪ੍ਰੇਤਾ ਕਢਾਉਂਦੇ ਨੇ ਇਹ ਕੋਈ ਖਾਸ ਦਿਨ ਹੁੰਦਾ ਜਾਂ ਕਿਸੇ ਦਿਨ ਵੀ ਤੁਸੀਂ ਕਰ ਦਿੰਦੇ ਖਾਸ ਦਿਨ ਦਾ ਐ ਹੁੰਦਾ ਜੀ ਜਿਵੇਂ ਸਰਤਾਂ ਵਾਲੇ ਦਿਨ ਹੁੰਦੇ ਆ ਤੇ ਅਸੀਂ ਛੱਡਦੇ ਆ ਇਹ ਚੀਜ਼ ਜਿਵੇਂ ਇਸਰਾਤ ਜਦੋਂ ਹੁਣ ਸਰਾਤ ਚੱਲ ਰਹੀ ਹੈ ਜਿਵੇਂ ਹੁਣ ਅੱਜ ਸਰਾਤ ਚੱਲੀ ਜਾਂਦੇ ਹਨ ਹਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਸੋ ਥੋੜਾ ਜਿਹਾ ਪ੍ਰੇਜ ਰੱਖਦੇ ਹਾਂ ਕਿਉਂਕਿ ਜਿਹੜੇ ਪਿਤਰ ਪਕਸ਼ ਦਾ ਦਿਨ ਚੱਲਦੇ ਆ ਪਿਤਰਾਂ ਦੇ ਵਿੱਚ ਘਰਾਂ ਚਾਏ ਹੁੰਦੇ ਪ੍ਰਤਾ ਪਰ ਰੋਟੀ ਖਾਣੇ ਨਮੰਤਰਨ ਦਿੰਨੇ ਕਹਿ ਕੇ ਫੁਲਕਾ ਛਕੋ ਹੂੰ ਇਹ ਦਿਨ ਸਾਡੇ ਤਕਰੀਬਨ ਛੱਡੇ ਹੁੰਦੇ ਆ ਪਾਠ ਪੂਜਾ ਜ਼ਰੂਰ ਕਰੀਦੀ ਆ ਹੂੰ ਪਰ ਜਿਵੇਂ ਘਰ ਸੋਤਣ ਦਾ ਘਰ ਕੀਲਣ ਦਾ ਉਹ ਕੰਮ ਨਹੀਂ ਜੇ ਘਰ ਕੀਲ ਵੀ ਦਿੰਨੇ ਹੋ ਖੇਲਣਾ ਪੈਂਦਾ ਜੀ ਅੱਛਾ ਕਰਨਾ ਪੈਂਦਾ ਜੇ ਆਪਣੇ ਖੇਤ ਦੇ ਵਿੱਚ ਆਵਾਰਾ ਪਸ਼ੂ ਪੈਂਦੇ ਹੋਣ ਤੇ ਆਪਾਂ ਤਾਰ ਲਾ ਦਿੰਨੇ ਉੱਥੇ ਹੂੰ ਇਹ ਅੰਦਰ ਪਸੂ ਨਾ ਆਉਣ ਅਜਾੜਾ ਨਾ ਹੋਵੇ ਹੂੰ ਇਵੇਂ ਆ ਅੱਛਾ ਇਹ ਕੋਈ ਵਿਦਿਆ ਹੈ ਜਿਹੜੀ ਇਹ ਜੁਗਾਂ ਜਗੰਤਰਾਂ ਤੋਂ ਚੱਲੀ ਆਈ ਹੈ ਇਹ ਅੱਜ ਨਹੀਂ ਵੀ ਅੱਜ ਕਿਸ ਨੇ ਕਹਿ ਤਾ ਆ ਜਾਏ ਉਹ ਹੋ ਗਿਆ ਜਾ ਉਹ ਹੋ ਗਿਆ ਕਈ ਕਹਿ ਦਿੰਦੇ ਆਏ ਨਹੀਂ ਜੀ ਆਉਂ ਨਹੀਂ ਉਹ ਸਭ ਹੈ ਜਿਹਨੂੰ ਗਿਆਨ ਹੈ ਹੂੰ ਜਿਹਨੂੰ ਗਿਆਨ ਹੈ ਗ੍ਰੰਥ ਪੜ੍ਹਿਆ ਉਹ ਬੰਦੇ ਸਭ ਮੰਨਦੇ ਆ ਜਿਹੜੇ ਖੜੜ ਗੈਨੀ ਹੈ ਉਹਨਾਂ ਦਾ ਮੱਥਾ ਮਾਰਨ ਤੋਂ ਆਪ ਵੀ ਚੱਲ ਜਾਈਦਾ ਠੀਕ ਹੈ ਜਿਵੇਂ ਤੂੰ ਕਹਿਣਾ ਹੂੰ ਪਰ ਜਿਹੜੇ ਗ੍ਰੰਥ ਪੜ੍ਹੇ ਆ ਜਿਵੇਂ ਆਪਾਂ ਗੁਰਬਾਣੀ ਦੀ ਗੱਲ ਕੀਤੀ ਆ ਜਿਹਨੂੰ ਗੁਰਬਾਣੀ ਦੀ ਨੌਲੇਜ ਹੈ ਨਾ ਜਿਹਨੇ ਗੁਰਬਾਣੀ ਪੜ੍ਹੀ ਹੈ ਹੂੰ ਉਹ ਬੰਦੇ ਸਭ ਮੰਨਦੇ ਆ ਵੀ ਹੈ ਹੂੰ ਹੁਣ ਇੱਕ ਬੰਦਾ ਪਰਸੋ ਕਿ ਚੌਥੇ ਮੇਰੇ ਕੋਲ ਪਰਿਵਾਰ ਆਇਆ ਕਹਿੰਦੇ ਵੀ ਅਸੀਂ ਗੁਰਬਾਣੀ ਪੜ੍ਹਦੇ ਆ ਸਾਡੇ ਘਰੇ ਚੀਜ਼ ਨਹੀਂ ਆ ਸਕਦੀ ਬਾਬਾ ਜੀ ਮੈਂ ਵੀ ਠੀਕ ਹੈ ਹੂੰ ਆਨੇ ਅਸੀਂ ਦੋ ਟਾਈਮ ਨਿਤਨੇਮ ਕਰਦੇ ਆ ਹੂੰ ਬਾਣੀ ਦੇ ਨੇੜੇ ਚੀਜ਼ ਕਿਵੇਂ ਆਜੂਗੀ ਮੈਂ ਕਿਹਾ ਵੀ ਆਊਗੀ ਹੂੰ ਮੇਰੀ ਗੱਲ ਤੁਹਾਨੂੰ ਵੀ ਗਲਤ ਜੀ ਲੱਗੂਗੀ ਹਾਂ ਫਰਮਾਨ ਨੂੰ ਦੱਸਿਆ ਮੈਂ ਕਿ ਆ ਵੀ 84 ਲੱਖ ਜੋਣ ਹੂੰ 84 ਲੱਖ ਚੋਂ ਮਾਨਸ ਜੋਣ ਇੱਕ ਹੈ ਜੀ ਤੇ ਆਪਾਂ ਗੁਰਬਾਣੀ ਬੈ ਨਹੀਂ ਕਰਾਈ ਮਾਨਸ ਜੋਣ ਨੇ ਹੂੰ 84 ਲੱਖ ਜੋਣ ਦੀ ਆ ਕਿਉਂਕਿ ਸਰਬ ਸੰਝੀ ਗੁਰਬਾਣੀ ਹੂੰ ਗੁਰਬਾਣੀ ਹੈ ਨਾ ਸਾਰਿਆਂ ਦੀ ਸੰਝੀ ਹੈ ਹੂੰ ਆਪਾਂ ਕੱਲੇ ਥੋੜਾ ਕਬਜ਼ਾ ਕਰ ਲਾਂਗੇ ਹੂੰ ਉਹਨਾਂ ਨੇ ਵੀ ਗੁਰਬਾਣੀ ਦੀ ਲੋੜ ਹੈ ਹੂੰ ਉਹ ਵੀ ਆਧਾਰ ਕਰਦੇ ਆ ਹੂੰ ਮੇਰੀ ਹਰ ਇੱਕ ਬੰਦਾ ਆਪਦੀ ਬੁੱਧੀ ਅਨੁਸਾਰ ਬੋਲਦਾ ਹੂੰ ਤੇ ਪਰ ਜਿਹੜੀ ਮੇਰੀ ਬੁੱਧੀ ਹੈ ਮੈਂ ਆਪਦੀ ਬੁੱਧੀ ਅਨੁਸਾਰ ਬੋਲਦਾ ਹੂੰ ਮੈਂ ਕਹਿੰਨਾ ਵੀ ਜਿੱਥੇ ਗੁਰਬਾਣੀ ਚੱਲਦੀ ਹੈ ਕੋਈ ਕਥਾ ਕੀਰਤਨ ਚੱਲਦਾ ਤੇ ਇਹ ਚੀਜ਼ਾਂ ਨੇੜੇ ਆਉਂਦੀਆਂ ਸਨ ਹੂੰ ਆਪਦੇ ਭਲੇ ਆਸਤੇ ਕਿਉਂਕਿ ਬਹੁਤ ਗੰਦੀ ਜੋਣ ਹੈ ਹੂੰ ਪ੍ਰੇਤ ਜੋਣ ਉਹਨਾਂ ਨੂੰ ਪਤਾ ਹੈ ਵੀ ਸਾਡੀ ਜੋਣ ਮਾੜੀ ਹੈ ਹੂੰ ਉਹ ਜਾਦੇ ਨੇੜੇ ਆਉਂਦੀਆਂ ਸਨ ਚੀਜ਼ਾਂ ਤਾਤਰਿਕਾ ਦੀ ਗੱਲ ਆਪਾਂ ਕਰ ਰਹੇ ਆਪਾਂ ਹੈ ਨਾ ਤੁਸੀਂ ਕਹੇ ਵੀ ਇਹ ਜਿਹੜੀ ਇੱਕ ਜਿਹੜੀ ਜੂਨ ਹੈ ਉਹ ਅਲੱਗੀ ਕਿਸਮ ਦੇ ਇਹ ਲੋਕ ਨੇ ਅਲੱਗੀ ਕਿਸਮ ਦੇ ਬੰਦੇ ਨੇ ਹਨਾ ਜਦੋਂ ਤੁਸੀਂ ਇਹ ਪੂਜਾ ਕਰਦੇ ਹੋ ਫਿਰ ਹਾਂਜੀ ਉਹਦੇ ਵਿੱਚ ਪਰਿਵਾਰ ਨੂੰ ਬਹਿਣਾ ਵੀ ਜ਼ਰੂਰੀ ਹੁੰਦਾ ਕਈ ਪੂਜਾ ਅਜੇਂ ਜਾਂ ਜਿੰਨਾਂ ਦੇ ਵਿੱਚ ਪਰਿਵਾਰ ਨੂੰ ਬਿਠਾਇਆ ਜਾਂਦਾ ਹੂੰ ਕਈ ਪੂਜਾ ਅਜੇਂ ਜਾਂ ਜਿੰਨਾਂ ਦੇ ਵਿੱਚ ਕਿਸੇ ਨੂੰ ਨਹੀਂ ਬਿਠਾਇਆ ਜਾਂਦਾ ਇਕੱਲੇ ਆਪ ਹੀ ਕਰੀਦੀ ਹੈ ਅੱਛਾ ਹਾਂਜੀ ਆ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਮਤਲਬ ਅ ਮੈਂ ਚਾਹਣਾ ਵੀ ਸਾਡੀ ਟੀਮ ਜਿਹੜੀ ਹੈ ਜਦੋਂ ਤੁਸੀਂ ਇਹ ਪ੍ਰੇਤ ਪੂਜਾ ਕਰੋ ਔਰ ਮੈਂ ਵੀ ਦੇਖਣਾ ਦੇਖਣਾ ਚਾਹਣਾ ਕਿ ਕਿੱਦਾਂ ਮਤਲਬ ਇਹ ਜਿਹੜੇ ਪ੍ਰੇਤ ਭੂਤ ਜਿਹੜੇ ਆਉਂਦੇ ਆ ਔਰ ਤੁਸੀਂ ਕਿਵੇਂ ਕਾਬੂ ਕਰਦੇ ਹੋ ਕਦੀ ਸਾਨੂੰ ਇਹ ਲਾਈਵ ਜਿਹੜਾ ਤੁਸੀਂ ਇੱਕ ਵਾਰੀ ਇਹ ਜਲਵਾ ਦਿਖਾ ਸਕਦੇ ਹੋ ਕਦੀ ਵੈਸੇ ਅੱਜ ਤੱਕ ਕਰ ਕੀਤਾ ਨਹੀਂ ਅਸੀਂ ਕਦੀ ਵੀ ਲਾਈਵ ਹੂੰ ਤੁਹਾਨੂੰ ਮੈਂ ਦੱਸਿਆ ਨਾ ਉਹ ਮੁੰਡੇ ਨੇ ਥੋੜਾ ਜਿਹਾ ਕਲਿੱਪ ਬਣਾ ਲਿਆ YouTube ਦਾ ਤੇ ਫਿਰ ਮੈਨੂੰ ਹਟਾ ਸੋ ਸੀ ਹੂੰ ਪਰ ਜੇ ਤੁਸੀਂ ਕਹੋਗੇ ਤਾਂ ਕੋਈ ਗੱਲ ਨਹੀਂ ਹੂੰ ਕੋਈ ਪੰਜ ਸੱਤ ਬੇ ਸਾਡੇ ਦਸ਼ਕਾਂ ਨੂੰ ਇਹ ਨਵਾਂ ਨਵੀਂ ਚੀਜ਼ ਦੇਖਣ ਨੂੰ ਮਿਲੇਗੀ ਕਿ ਕਿਵੇਂ ਇੱਕ ਤਾਤ੍ਰਿਕ ਜਿਹੜਾ ਹੈਗਾ ਉਹ ਕਿਵੇਂ ਕਿਵੇਂ ਕੰਮ ਕਿੰਨ ਕੰਮ ਕਿਵੇਂ ਕਰਦੇ ਨੇ ਕੋਈ ਗੱਲ ਨਹੀਂ ਜੀ ਬਿਲਕੁਲ ਅਸੀਂ ਤਾਂ ਹਮਨ ਕਰਦੇ ਹੀ ਰਹਿੰਨੇ ਆ ਤਾਤ੍ਰਿਕ ਹਮਨ ਸਾਧਨਾ ਵੈਸੇ ਵੀ ਹੋਣਾ ਜਿਵੇਂ ਦਿਵਾਲੀ ਦੇ ਦਿਨ ਆ ਕੇ ਆ ਕੇ ਤੇ ਸਾਡੀਆਂ ਸਾਧਨਾ ਜੋਰਾਂ ਤੇ ਚੱਲਣਗੀਆਂ ਕਈ ਆਪਦੇ ਸ਼ਗਿਰਦਾਂ ਨੂੰ ਸਾਧਨਾ ਕਰਵਾਈ ਦੀਆਂ ਜੀ ਮੁੰਡੇ ਕਾਫੀ ਹੈਗੇ ਸ਼ਗਿਰਦ ਜਿਹੜੇ ਕਿ ਵਿਦਿਆ ਲਈ ਜਾਂਦੇ ਆ ਜੀ ਪਰ ਉਹ ਕਿਸ ਨਾ ਕਿਸੇ ਨੂੰ ਕੋਈ ਨਾ ਕੋਈ ਸਾਧਨਾ ਕਰਵਾਉਂਦੇ ਹੀ ਰਹਿੰਦਾ ਜੀ ਕੋਈ ਗੱਲ ਨਹੀਂ ਸਿਰ ਮੱਥੇ ਆ ਤੁਹਾਡਾ ਹੁਕਮ ਜੀ ਜੀ ਸ਼ਰਮਾ ਜੀ ਤੁਸੀਂ R19 ਦੀ ਵੀੜੇ ਆਏ ਔਰ ਤਾਂਤਰਿਕ ਵਿਦਿਆ ਦੀ ਜਿਹੜਾ ਤੁਸੀਂ ਚਾਨਣਾ ਪਾਇਆ ਮੇਰੇ ਖਿਆਲ ਇਹ ਮੇਰਾ ਪਹਿਲਾ ਐਪੀਸੋਡ ਹੋਵੇਗਾ ਜਦ ਮੇਰੇ ਦਰਸ਼ਕ ਵੀ ਜਾਣਦੇ ਨੇ ਕਿ ਜਿਹੜਾ ਇਹ ਐਪੀਸੋਡ ਹੈ ਤਾਂਤਰਿਕ ਵਿਦਿਆ ਦੀ ਜਿਹੜਾ ਇਹ ਆਪਾਂ ਗੱਲਬਾਤ ਕੀਤੀ ਹੈ ਸ਼ਾਇਦ ਬਹੁਤ ਘੱਟ ਤੁਸੀਂ ਦੇਖਣ ਔਰ ਸੁਣਨ ਮਿਲੀ ਤੁਹਾਨੂੰ ਮਿਲੀ ਹੋਊਗੀ ਔਰ ਇਹਨਾਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ R19 ਦੀ ਵੀੜੇ ਆਏ ਔਰ ਇਸ ਵਿਦਿਆ ਦਾ ਤੁਸੀਂ ਚਾਨਣਾ ਪਾਇਆ ਔਰ ਇਹ ਵੀ ਬਾਦਾੜ ਨੇ ਕੀਤਾ ਹੈ ਕਿ ਜਦੋਂ ਹੁਣ ਅਸੀਂ ਪ੍ਰੇਤ ਬਾਦ ਆ ਜਾ ਜਿਹੜੀ ਇਹ ਉਤ ਵਗੈਰਾ ਕੱਢਦੇ ਨੇ ਉਹ ਕਿਵੇਂ ਕੱਢਦੇ ਨੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਸਾਨੂੰ ਇਹ ਮੌਕਾ ਦੇਣ ਅਸੀਂ ਉਹ ਐਪੀਸੋਡ ਸ਼ੂਟ ਕਰਕੇ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਜਰੂਰ ਕਰਾਂਗੇ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਨੂੰ ਸੰਗਤਾਂ ਦੇ ਨਾਲ ਰੂਬਰੂ ਕਰਾਉਣ ਵਾਸਤੇ ਐਡਾ ਵੱਡਾ ਉਪਰਾਲਾ ਕੀਤਾ ਤੇ ਤੁਹਾਡੀ ਸਮੁੱਚੀ ਟੀਮ ਦਾ ਹੀ ਤੇ ਤੁਹਾਡਾ ਬੈਸਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ